ਦੋਸਤੋ ਹਾਜ਼ਰ ਹਾਂ ਚੈਨਲ ਰਤੇਸ਼ ਲਖੀ ਅਨਪਲੱਗ ਤੇ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਮੈਂ ਜ਼ਿਕਰ ਕੀਤਾ ਸੀ ਇੱਕ ਐਸੀ ਸੀਰੀਜ਼ ਦਾ ਜਿਸ ਨੂੰ ਕਿ ਮੈਂ ਚੈਨਲ ਰਤੇਸ਼ ਲਖੀ ਅਨਪਲੱਗ ਦੇ ذریعے ਸ਼ੁਰੂ ਕਰਾਂਗਾ ਜਿਸ ਵਿੱਚ ਕੀ ਗੱਲ ਹੋਏਗੀ ਬਹੁਤ ਹੀ ਮਹੱਤਵਪੂਰਨ ਸ਼ਖਸੀਅਤਾਂ ਰਾਜਨੀਤਿਕ ਸ਼ਖਸੀਅਤਾਂ ਜਾਂ ਫਿਰ ਐਸੇ ਕਿਰਦਾਰ ਜਿਨ੍ਹਾਂ ਦੀ ਹਤਿਆਵਾਂ ਹੋਈਆਂ ਪੋਲਿਟੀਕਲ ਕਾਂਸਪੀਰੇਸੀਜ਼ ਜਾਂ ਫਿਰ ਕਿਸੇ ਵੀ ਕਿਸਮ ਦੀ ਕਾਂਸਪੀਰੇਸੀ ਦੇ ਤਹਿਤ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਉਸ ਸੀਰੀਜ਼ ਦੀ ਸ਼ੁਰੂਆਤ ਕਰਦੇ ਹਾਂ ਅੱਜ ਪਹਿਲੀ ਰਿਪੋਰਟ ਉਸ ਲੜੀ ਦੇ ਵਿੱਚ ਮੈਂ ਲੈ ਕੇ ਆਵਾਂਗਾ ਕੁਝ ਰਿਪੋਰਟਾਂ ਲੜੀਵਾਰ ਤਰੀਕੇ ਨਾਲ ਤੁਹਾਡੇ ਸਾਹਮਣੇ ਲਿਆਵਾਂਗਾ ਤੇ ਫਿਰ ਕੁਝ ਰਿਪੋਰਟਸ ਨੂੰ ਗਾਹੇ ਬਗਾਹੇ ਹੋਰ ਜਦੋਂ ਵੀ ਸਬਾਬ ਬਣਦਾ ਰਹੇਗਾ ਤੁਹਾਡੇ ਸਾਹਮਣੇ ਲਿਆਉਂਦੇ ਰਾਂਗੇ ਸੋ ਅੱਜ ਦੀ ਪਹਿਲੀ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਸੰਤ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੀ ਸੰਤ ਹਰਚੰਦ ਸਿੰਘ ਲੋਂਗੋਵਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਤੇ ਇੱਕ ਬਹੁਤ ਲੰਮਾ ਸਮਾਂ ਉਹਨਾਂ ਨੇ ਤੇ ਬਹੁਤ ਹੀ ਕ੍ਰਿਟੀਕਲ ਪੀਰੀਅਡ ਦੇ ਵਿੱਚ ਫੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨੀ ਉਹਨਾਂ ਦੇ ਹਿੱਸੇ ਆਈ ਸੀ ਜਦੋਂ ਕਿ ਸਾਲ 1984 ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਾਲ ਪਹਿਲਾਂ ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੇ ਸਨ ਅਕਾਲੀ ਦਲ ਦੀ ਲੀਡਰਸ਼ਿਪ ਲਗਾਤਾਰ ਡਿਫੈਂਸਿਵ ਤੇ ਤੁਰਦੀ ਆ ਰਹੀ ਸੀ ਦਰਬਾਰਾ ਸਿੰਘ ਜਦੋਂ 1980 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦੇ ਬਣਦੇ ਨੇ ਉਸ ਤੋਂ ਬਾਅਦ ਇੱਕ ਦਮਨ ਜਿਹੜਾ ਸੀ ਉਹਨਾਂ ਵੱਲੋਂ ਸ਼ੁਰੂ ਕੀਤਾ ਜਾਂਦਾ ਹੈ ਇੱਕ ਬਹੁਤ ਹੀ ਸਖਤ ਪਾਲਿਸੀ ਦੇ ਤਹਿਤ ਕਾਂਗਰਸ ਦੀ ਜਿਹੜੀ ਦਰਬਾਰਾ ਸਿੰਘ ਗਵਰਨਮੈਂਟ ਹੈ ਉਹ ਕੰਮ ਕਰਦੀ ਹੈ ਇਸੇ ਦੌਰ ਦੇ ਵਿੱਚ ਅਕਾਲੀ ਦਲ ਜੋ ਕਿ ਇੱਕ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਰਦਾ ਹੈ 1984 ਤੋਂ ਪਹਿਲਾਂ ਦੇ ਕੁਝ ਸਾਲ 82-83 ਦੇ ਸਾਲਾਂ ਦੇ ਵਿੱਚ ਧਰਮਯੁੱਧ ਮੋਰਚਾ ਜਦੋਂ ਸ਼ੁਰੂ ਹੁੰਦਾ ਹੈ ਉਸ ਦੀ ਅਗਵਾਈ ਸੰਤ ਹਰਚੰਦ ਸਿੰਘ ਲੋਂਗੋਵਾਲ ਕਰਦੇ ਨੇ ਉਸ ਵਕਤ ਸੰਨ ਜਰਨੈਲ ਸਿੰਘ ਪਿੰਡਰਾਵਾਲਾ ਹੋਣਾ ਵੱਲੋਂ ਵੀ ਸੰਤ ਲੋਂਗੋਵਾਲ ਨੂੰ ਵਕਾਇਦਾ ਪੂਰਾ ਸਾਥ ਦਿੱਤਾ ਜਾਂਦਾ ਹੈ ਤੇ ਜਿਹੜਾ ਵੀ ਧਰਮਯੁੱਧ ਮੋਰਚੇ ਦੇ ਵਿੱਚ ਇੱਕ ਪੂਰੀ ਮੂਵਮੈਂਟ ਸ਼ੁਰੂ ਹੁੰਦੀ ਹੈ ਜਿਸ ਦੇ ਵਿੱਚ ਸਾਰੀ ਉਹ ਪੰਥਿਕ ਜਮਾਤਾਂ ਸ਼ਾਮਲ ਹੁੰਦੀਆਂ ਨੇ ਉਸ ਦੇ ਜਿਹੜੀ ਲੀਡਰਸ਼ਿਪ ਹੁੰਦੀ ਹੈ ਉਹ ਸੰਤ ਹਰਚੰਦ ਸਿੰਘ ਲੋਂਗੋਵਾਲਪੁਰ ਹੁੰਦੀ ਹੈ ਲੇਕਿਨ ਕੁਝ ਹੀ ਮਹੀਨੇ ਬਾਅਦ ਜਿਵੇਂ ਕਿ ਮੈਂ ਆਪਣੀ ਪਹਿਲੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਵੀ ਜਿਹੜੇ ਡਿਫਰੈਂਸਸ ਸਨ ਸੰਤ ਪਿੰਡਰਵਾਲਾ ਹੋਣਾ ਦੇ ਤੇ ਸੰਤ ਲੋਂਗੋਵਾਲੀਆ ਅਕਾਲੀ ਦਲ ਦੀ ਲੀਡਰਸ਼ਿਪ ਦੇ ਉਹ ਉੱਭਰ ਕੇ ਸਾਹਮਣੇ ਸ਼ੁਰੂ ਆਣੇ ਸ਼ੁਰੂ ਹੋ ਚੁੱਕੇ ਹੁੰਦੇ ਨੇ ਪ੍ਰਕਾਸ਼ ਸਿੰਘ ਬਾਦਲ ਹਰਚੰਦ ਸਿੰਘ ਲੋਂਗੋਵਾਲ ਤੇ ਗੁਰਚਰਨ ਸਿੰਘ ਟੋੜਾ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਵੀ ਕਾਫੀ ਲੰਮਾ ਸਮਾਂ ਰਹੇ ਉਹਨਾਂ ਦੀ ਇੱਕ ਅਲੱਗ ਲੀਗ ਬਣ ਜਾਂਦੀ ਹੈ ਤੇ ਸੰਤ ਜਨਰਲ ਸਿੰਘ ਪਿੰਡ ਕੁਝ ਉਹਨਾਂ ਦਾ ਆਪਣਾ ਜਿਹੜਾ ਮિજાਜ ਗਰਮ ਰਿਹਾ ਹੁੰਦਾ ਹੈ ਜਾਂ ਕੁਝ ਹੋਰ ਐਸੇ ਕਾਰਨ ਜਿਨ੍ਹਾਂ ਦੇ ਕਿ ਮੈਂ ਬਹੁਤ ਹੀ ਵਿਸਤਾਰ ਦੇ ਨਾਲ ਗੱਲਬਾਤ ਆਪਣੀਆਂ ਹੋਰ ਰਿਪੋਰਟਸ ਦੇ ਵਿੱਚ ਕਰ ਚੁੱਕਾ ਮੈਨੂੰ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ ਹੈ ਲੇਕਿਨ ਜਦੋਂ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਤੋਂ ਬਾਅਦ ਡਿਫਰੈਂਸਸ ਵਧਦੇ ਨੇ ਉਸ ਤੋਂ ਬਾਅਦ ਹਰਚੰਦ ਸਿੰਘ ਲੋਂਗੋਵਾਲ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਹੱਥ ਖੜੇ ਕਰਕੇ ਸਰੈਂਡਰ ਕਰਦੇ ਨੇ ਆਰਮੀ ਦੇ ਅੱਗੇ ਫੋਰਸਸ ਦੇ ਅੱਗੇ ਭਾਰਤੀ ਫੌਜ ਦੇ ਅੱਗੇ ਇਹ ਜਿਹੜੀ ਕਾਰਵਾਈ ਹੁੰਦੀ ਹੈ ਜਿਸ ਪੂਰੀ ਕਾਰਵਾਈ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸੰਤ ਜਰਨੈਲ ਸਿੰਘ ਜਿਹੜੇ ਪਿੰਡਰਾ ਵਾਲੇ ਹੁੰਦੇ ਨੇ ਉਹਨਾਂ ਦੀ ਤਾਂ ਸ਼ਹੀਦੀ ਹੋ ਚੁੱਕੀ ਹੁੰਦੀ ਹੈ ਲੇਕਿਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਫੜ ਕੇ ਜੇਲ੍ਹ ਵਿੱਚ ਕੱਤਾ ਜਾਂਦਾ ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਜਿਹੜੇ ਅਕਾਲੀ ਦਲ ਦੇ ਲੀਡਰਸ਼ਿਪ ਹੁੰਦੀ ਹੈ ਪੂਰੀ ਦੀ ਪੂਰੀ ਲੀਡਰਸ਼ਿਪ ਹੁੰਦੀ ਹੈ ਉਸ ਨੂੰ ਜੇਲ੍ਹਾਂ ਵਿੱਚ ਪਾਤਾ ਜਾਂਦਾ ਜੋਧਪੁਰ ਜੇਲ੍ਹਾਂ ਜੋਧਪੁਰ ਡੈਟਨੀਜ਼ ਜਾਂ ਫਿਰ ਦੇਸ਼ ਭਰ ਦੀਆਂ ਕਈ ਹੋਰ ਜੇਲ੍ਹਾਂ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲੀਡਰਾਂ ਨੂੰ ਰੱਖਿਆ ਜਾਂਦਾ ਹੈ ਤੁਸੀਂ ਸਮਝ ਸਕਦੇ ਹੋ ਵੀ ਕੋਈ ਵੀ ਜਿਹੜੀ ਕ੍ਰੈਡੀਬਲ ਲੀਡਰਸ਼ਿਪ ਅਕਾਲੀ ਦਲ ਦੀ ਜਾਂ ਕੋਈ ਵੀ ਐਸੀ ਪੰਥਕ ਜਮਾਤ ਉਸ ਵਕ ਜੇਲ੍ਹਾਂ ਤੋਂ ਬਾਹਰ ਨਹੀਂ ਹੁੰਦੀ ਤੇ ਕਈ ਮਹੀਨੇ ਰਾਜੀਵ ਗਾਂਧੀ ਜਦੋਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਦੇ ਹੈਗੇ ਨੇ ਉਹਨਾਂ ਕੋਲ ਗੱਲਬਾਤ ਕਰਨ ਲਈ ਕੋਈ ਕ੍ਰੈਡੀਬਲ ਅਕਾਲੀ ਲੀਡਰਸ਼ਿਪ ਨਹੀਂ ਹੁੰਦੀ ਸੋ ਉਹਨਾਂ ਹਾਲਾਤਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਇਸ ਇਸ ਚੀਜ਼ ਦਾ ਅਹਿਸਾਸ ਰਾਜੀਵ ਗਾਂਧੀ ਨੂੰ ਵੀ ਹੁੰਦਾ ਅਰਜੁਨ ਸਿੰਘ ਜੋ ਕਿ ਰਾਜੀਵ ਗਾਂਧੀ ਦੇ ਇੱਕ ਬਹੁਤ ਹੀ ক্লোਜ਼ ਕੌਨਫੀਡੈਂਟ ਰਹੇ ਮੱਧ ਪ੍ਰਦੇਸ਼ ਦੇ ਸਰਕਟਾਗੂ ਮੁੱਖ ਮੰਤਰੀ ਵੀ ਰਹੇ ਉਹਨਾਂ ਨੂੰ ਪੰਜਾਬ ਦੇ ਵਿੱਚ ਗਵਰਨਰ ਦੇ ਰੂਪ ਵਿੱਚ ਉਤਾਰਿਆ ਜਾਂਦਾ ਕਿਉਂਕਿ ਅਰਜੁਨ ਸਿੰਘ ਦੀ ਜਿਹੜੀ ਇੱਕ ਸ਼ਾਰਪ ਯਾਨੀ ਕਿ ਇੱਕ ਤਿੱਖੀ ਸਿਆਸੀ ਸਮਝ ਹੁੰਦੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਆਸ ਕੀਤੀ ਜਾ ਰਹੀ ਹੁੰਦੀ ਹੈ ਕਾਂਗਰਸ ਲੀਡਰਸ਼ਿਪ ਵੱਲੋਂ ਵੀ ਹੁਣ ਅਰਜੁਨ ਸਿੰਘ ਪੰਜਾਬ ਦੇ ਵਿੱਚ ਉਤਰ ਕੇ ਕੋਈ ਨਾ ਕੋਈ ਹੱਲ ਲੱਭਣਗੇ ਸੋ ਉਹਨਾਂ ਨੂੰ ਕੁਝ ਮਹੀਨਿਆਂ ਲਈ ਤਕਰੀਬਨ ਇੱਕ ਸਾਲ ਦੇ ਆਸ-ਪਾਸ ਦਾ ਐਸਾ ਵਕਵਾ ਹੁੰਦਾ ਜਦੋਂ ਕਿ ਅਰਜੁਨ ਸਿੰਘ ਪੰਜਾਬ ਦੇ ਗਵਰਨਰ ਬਣਾਏ ਜਾਂਦੇ ਨੇ ਉਸੇ ਦੌਰ ਦੇ ਵਿੱਚ ਮਾਰਚ 1985 ਆ ਜਾਂਦਾ ਹੈ ਜਦੋਂ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਕੁਝ ਹੋਰ ਜਿਹੜੇ ਲੀਡਰ ਹੁੰਦੇ ਨੇ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੋੜਾ ਵਰਗੇ ਇਹਨਾਂ ਨੂੰ ਇੱਕ ਇੱਕ ਕਰਕੇ ਜੇਲ੍ਹਾਂ ਵਿੱਚੋਂ ਛੱਡਿਆ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਮਾਰਚ 1985 ਦੇ ਵਿੱਚ ਸੰਤ ਹਰਜਨ ਸਿੰਘ ਲੋਂਗੋਵਾਲ ਬਾਹਰ ਆਉਂਦੇ ਨੇ ਸੋ ਇੱਕ ਪਲਾਨ ਹੁੰਦਾ ਹੈ ਇੱਕ ਪ੍ਰੋਗਰਾਮ ਹੁੰਦਾ ਹੈ ਕੇਂਦਰ ਸਰਕਾਰ ਦਾ ਰਜੀਵ ਗਾਂਧੀ ਦੀ ਸਰਕਾਰ ਦਾ ਜਿਸ ਦੇ ਤਹਿਤ ਕੀ ਅਰਜੁਨ ਸਿੰਘ ਨੂੰ ਪੰਜਾਬ ਵਿੱਚ ਉਤਾਰਿਆ ਜਾਂਦਾ ਹੈ ਮੋਡਰੇਟ ਅਕਾਲੀ ਲੀਡਰਸ਼ਿਪ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਨ ਦੀ ਗੱਲ ਹੁੰਦੀ ਹੈ ਤੇ ਰਜੀਵ ਲੋਂਗੋਵਾਲ ਸਮਝੌਤੇ ਜਾਂ ਉਸਕਰਾਰ ਜਿਸ ਦੇ ਤਹਿਤ ਕੀ ਪੰਜਾਬ ਦੇ ਕਈ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਸੁਲਗਦੇ ਹੋਏ ਮੁੱਦੇ ਹੁੰਦੇ ਨੇ ਉਹਨਾਂ ਦਾ ਹੱਲ ਜਾਂ ਫਿਰ ਉਹਨਾਂ ਦੇ ਸੰਬੰਧੀ ਕੋਈ ਵੀ ਜਿਹੜੇ ਭਰੋਸੇ ਜਾਂ ਕੋਈ ਸਮਝੌਤੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਸ ਐਕੋਰਡ ਦੇ ਤਹਿਤ ਕੀਤਾ ਜਾਣਾ ਹੁੰਦਾ ਹੈ ਇਸ ਦੀ ਗੁੰਤਬੰਦੀ ਸ਼ੁਰੂ ਹੁੰਦੀ ਹੈ ਅੰਦਰਖਾਤੇ ਅਰਜੁਨ ਸਿੰਘ ਦੀ ਭੂਮਿਕਾ ਦੇ ਨਾਲ ਉਹ ਪੂਰੀ ਗੱਲਬਾਤ ਹੁੰਦੀ ਹੈ ਇਸੇ ਪੂਰੇ ਸਿਆਸੀ ਜਿਹੜਾ ਮਾਹੌਲ ਹੁੰਦਾ ਉਸ ਦੇ ਵਿੱਚ ਜਿਹੜਾ ਰਜੀਵ ਲਾਂਗੋਵਾਲ ਐਕੋਰਡ ਹੈ ਉਸ ਨੂੰ ਨੇਪਰੇ ਚਾੜਿਆ ਜਾਂਦਾ ਜੁਲਾਈ 24 1985 ਨੂੰ ਇਹ ਜਿਹੜਾ ਐਕੋਰਡ ਹੈ ਸਾਈਨ ਹੁੰਦਾ ਸੋ ਰਜੀਵ ਲੋਂਗੋਵਾਲ ਐਕੋਰਡ ਜੁਲਾਈ ਦੇ ਆਖਰੀ ਹਫਤੇ ਵਿੱਚ ਸਾਈਨ ਹੋ ਚੁੱਕਾ ਹੁੰਦਾ ਲੇਕਿਨ ਸਭ ਤੋਂ ਜਿਹੜੀ ਵੱਡੀ ਮੈਂ ਪਹਿਲੀ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਸ ਐਕੋਰਡ ਦੀ ਇਹ ਹੁੰਦੀ ਹੈ ਵੀ ਇੱਕ ਪਾਸੇ ਸੰਤ ਹਰਚੰਦ ਸਿੰਘ ਲੋਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਨੇ ਜਿਨ੍ਹਾਂ ਨੇ ਕਿ ਇਸ ਐਕੋਰਡ ਨੂੰ ਜਦੋਂ ਸਾਈਨ ਕੀਤਾ ਹੁੰਦਾ ਉਸ ਤੋਂ ਪਹਿਲਾਂ ਜਿਹੜੀਆਂ ਵੀ ਉਹਨਾਂ ਦੀ ਮੀਟਿੰਗਾਂ ਰਜੀਵ ਗਾਂਧੀ ਦੇ ਨਾਲ ਹੋਈਆਂ ਹੁੰਦੀਆਂ ਨੇ ਉਸ ਦੇ ਵਿੱਚ ਜ਼ਿਆਦਾ ਪ੍ਰਕਾਸ਼ ਸਿੰਘ ਬਾਦਲਿਆ ਗੁਰਚਰਨ ਸਿੰਘ ਟੋੜਾ ਨੂੰ ਹਿੱਸੇਦਾਰ ਨਹੀਂ ਬਣਾਇਆ ਹੁੰਦਾ ਕਾਫੀ ਹੱਦ ਤੱਕ ਉਹਨਾਂ ਨੂੰ ਇਗਨੋਰ ਕੀਤਾ ਗਿਆ ਹੁੰਦਾ ਹੈ ਇਸੀ ਤਰੀਕੇ ਨਾਲ ਰਜੀਵ ਗਾਂਧੀ ਨੇ ਵੀ ਜਿਹੜੇ ਕਾਂਗਰਸ ਦੇ ਉਸ ਵਕਤ ਦੇ ਵੱਡੇ ਲੀਡਰ ਸੀ ਜਿਨ੍ਹਾਂ ਵਿੱਚੋਂ ਗਿਆਨੀ ਜ਼ੈਲ ਸਿੰਘ ਜੋ ਕਿ ਦੇਸ਼ ਦੇ ਰਾਸ਼ਟਰਪਤੀ ਸਨ ਉਸ ਤੋਂ ਇਲਾਵਾ ਦਰਬਾਰਾ ਸਿੰਘ ਤਖਤ ਸਾਈਡਲਾਈਨ ਹੋ ਚੁੱਕੇ ਸਨ ਤਾਂ ਤੱਕ ਲੇਕਿਨ ਬੂਟਾ ਸਿੰਘ ਹੋਮ ਮਿਨਿਸਟਰ ਸਨ ਸੋ ਬੂਟਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਵਰਗੇ ਲੀਡਰਾਂ ਨੂੰ ਵੀ ਪਿਕਚਰ ਤੋਂ ਬਾਹਰ ਰੱਖਿਆ ਗਿਆ ਇਧਰ ਅਕਾਲੀ ਦਲ ਦੇ ਟੋੜਾ ਤੇ ਬਾਦਲ ਜਿਹੜੇ ਸੀ ਇਹਨਾਂ ਨੂੰ ਇਸ ਪੂਰੀ ਗੱਲਬਾਤ ਤੋਂ ਬਾਹਰ ਰੱਖਿਆ ਗਿਆ ਤੇ ਹਰਜਨ ਸਿੰਘ ਲੋਂਗੋਵਾਲ ਅਤੇ ਰਜੀਵ ਗਾਂਧੀ ਨੇ ਇੱਕ ਕਰਾਰ ਸਾਈਨ ਕਰ ਲਿਆ ਕਰਾਰ ਸਾਈਨ ਕਰਨ ਤੋਂ ਬਾਅਦ ਹਰਚੰਦ ਸਿੰਘ ਲੋਂਗੋਵਾਲ ਦਾ ਕਾਫੀ ਹੱਦ ਤੱਕ ਪ੍ਰਕਾਸ਼ ਸਿੰਘ ਬਾਦਲ ਤੇ ਟੋੜਾ ਉਹਨਾਂ ਨੂੰ ਮਨਾਉਣ ਵਿੱਚ ਕਾਮਯਾਬ ਰਹੇ ਇਹ ਦੱਸਿਆ ਜਾਂਦਾ ਹੈ ਕਿ ਕਰਾਰ ਸਾਈਨ ਹੋਣ ਤੋਂ ਕੁਝ ਹਫ਼ਤੇ ਬਾਅਦ ਹਾਲਾਂਕਿ ਦੋਵੇਂ ਲੀਡਰਾਂ ਵਿੱਚ ਨਾਰਾਜ਼ਗੀ ਸੀ ਜਿਸ ਤਰੀਕੇ ਨਾਲ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਨੇ ਜਿਹੜਾ ਸਮਝੌਤਾ ਇਕਰਾਰ ਜਾ ਕੇ ਦਿੱਲੀ ਸਾਈਨ ਕਰ ਲਿਆ ਸੀ ਲੇਕਿਨ ਇਸ ਦੇ ਬਾਵਜੂਦ ਕਾਫੀ ਹੱਦ ਤੱਕ ਇਹ ਲੀਡਰਾਂ ਨੂੰ ਠੰਡੇ ਕਰਨ ਦੇ ਵਿੱਚ ਆਪ ਨੇ ਆਖਰੀ ਸਮੇਂ ਦੇ ਵਿੱਚ ਹਰਚੰਦ ਸਿੰਘ ਲੋਂਗੋਵਾਲ ਕਾਮਯਾਬ ਹੋਏ 24 ਜੁਲਾਈ ਨੂੰ 1985 ਨੂੰ ਇੱਕ ਇਕਰਾਰ ਸਾਈਨ ਹੁੰਦਾ ਤੇ ਇਸ ਤੋਂ ਤਕਰੀਬਨ 1 ਮਹੀਨੇ ਤੋਂ ਵੀ ਘੱਟ ਸਮਾਂ ਬਾਅਦ ਯਾਨੀ ਕਿ 20 ਅਗਸਤ 1985 ਨੂੰ ਸੰਧਰਚਨ ਸਿੰਘ ਲੋਂਗੋਵਾਲ ਦੀ ਹੱਤਿਆ ਕਰਤੀ ਜਾਂਦੀ ਹੈ ਉਹਨਾਂ ਨੂੰ ਗੋਲੀਆਂ ਮਾਰ ਕੇ ਪਿੰਡ ਸ਼ੇਰਪੁਰ ਹੁੰਦਾ ਜਿੱਥੇ ਕਿ ਜਿੱਥੇ ਦੇ ਗੁਰਦੁਆਰੇ ਦੇ ਵਿੱਚ ਇੱਕ ਸਮਾਗਮ ਹੁੰਦਾ ਅਕਾਲੀ ਦਲ ਦੇ ਤੌਰ ਪ੍ਰਧਾਨ ਸੰਧਰਚਨ ਸਿੰਘ ਲੋਂਗੋਵਾਲ ਉੱਥੇ ਸ਼ਿਰਕਤ ਕਰਨ ਲਈ ਜਾਂਦੇ ਨੇ ਇਸ ਦਿਨ ਜਿਸ ਦਿਨ ਕੀ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਸ਼ੇਰਪੁਰ ਦੀ ਘਟਨਾ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੋੜਾ ਨੂੰ ਇਸ ਗੱਲ 'ਤੇ ਰਾਜ਼ੀ ਕਰ ਲਿਆ ਹੁੰਦਾ ਵੀ ਰਜੀਵ ਲੋਂਗੋਵਾਲ ਐਕੋਰਡ ਜਿਹੜਾ ਹੈ ਯਾਨੀ ਕਿ ਸਮਝੌਤਾ ਜਿਹੜਾ ਸਾਈਨ ਹੋ ਚੁੱਕਾ ਹੁੰਦਾ ਜਿਸ ਦੇ ਵਿੱਚ ਕਿ ਇਹ ਦੋਵੇਂ ਲੀਡਰਾਂ ਨੂੰ ਸ਼ੁਰੂਆਤੀ ਫੇਸ ਦੇ ਵਿੱਚ ਇਗਨੋਰ ਕੀਤਾ ਗਿਆ ਸੀ ਸੋ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਆਪਸੀ ਜਿਹੜੇ ਮਤਭੇਦ ਹੁੰਦੇ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਸ਼ਾਂਤ ਕਰ ਚੁੱਕੀ ਹੁੰਦੀ ਹੈ ਤੇ ਇਸ ਤੋਂ ਬਾਅਦ ਹੀ ਸੰਧਰਚੰਦ ਸਿੰਘ ਲੋਂਗੋਵਾਲ ਕਾਫੀ ਰਿਲੈਕਸ ਵੀ ਹੁੰਦੇ ਨੇ ਇਹ ਦੱਸਿਆ ਜਾਂਦਾ ਵੀ ਜਿਸ ਦਿਨ ਉਹਨਾਂ ਦੀ ਹੱਤਿਆ ਹੁੰਦੀ ਹੈ ਜੋ ਯਾਨੀ ਕਿ ਜਿਸ ਦਿਨ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਉੱਤੇ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਬੁਲਾਈ ਜਾਂਦੀ ਹੈ ਪ੍ਰੈਸ ਦੇ ਵਿੱਚ ਇਸ ਚੀਜ਼ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਜਿਹੜੇ ਵੀ ਵਖਰੇਵੇਂ ਸਨ ਰਜੀਵ ਲੋਂਗੋਵਾਲ ਐਕੋਰਡ ਜਾਂ ਫਿਰ ਉਹਨਾਂ ਨੂੰ ਜਿਹੜੇ ਹਾਲਾਤਾਂ ਵਿੱਚ ਸਾਈਨ ਕੀਤਾ ਗਿਆ ਉਹ ਦੂਰ ਹੋ ਚੁੱਕੇ ਨੇ ਉਸ ਤੋਂ ਬਾਅਦ ਇਹ ਤਿੰਨੋਂ ਲੀਡਰ ਖੁਸ਼ ਹੁੰਦੇ ਨੇ ਸੰਧਰਚੰਦ ਸਿੰਘ ਲੋਂਗੋਵਾਲ ਉਸੇ ਰਿਲੈਕਸ ਮੋਡ ਦੇ ਵਿੱਚ ਸ਼ੇਰਪੁਰ ਪਹੁੰਚਦੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼ੇਰਪੁਰ ਪਿੰਡ ਹੁੰਦਾ ਜਿੱਥੇ ਦੇ ਗੁਰਦੁਆਰੇ ਦੇ ਵਿੱਚ ਸਮਾਗਮ ਹੁੰਦਾ ਜਿਸ ਨੂੰ ਕਿ ਤਕਰੀਬ ਸੰਤ ਲੋਂਗੋਵਾਲ ਉੱਥੇ ਪਹੁੰਚਦੇ ਨੇ ਡੇਢ-ਦੋ ਘੰਟਾ ਉੱਥੇ ਜਿਹੜੇ ਸਮਾਗਮ ਚੱਲਦੇ ਨੇ ਇਸ ਦੌਰਾਨ ਭਾਸ਼ਣਾ ਦਾ ਸਿਲਸਿਲਾ ਹੁੰਦਾ ਤੇ ਅਖੀਰ ਦੇ ਵੀ ਜਿਹੜਾ ਭਾਸ਼ਣ ਹੁੰਦਾ ਉਹ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਹੁੰਦਾ ਹੈ ਇਸ ਪੂਰੀ ਸਪੀਚ ਦੇ ਦੌਰਾਨ ਵੀ ਸੰਤ ਹਰਚੰਦ ਸਿੰਘ ਲੋਂਗੋਵਾਲ ਇਸ ਕਰਾਰ ਦੀ ਹੀ ਗੱਲ ਕਰਦੇ ਨੇ ਰਜੀਵ ਲੋਂਗੋਵਾਲ ਐਕੋਰਡ ਦੀ ਗੱਲ ਕਰਦੇ ਨੇ ਕਿਉਂਕਿ ਉਸ ਹਾਲਾਤ ਦੇ ਵਿੱਚ ਤੋਮਤ ਇਹ ਲੱਗਦੀ ਹੁੰਦੀ ਹੈ ਵੀ ਹਰਚੰਦ ਸਿੰਘ ਲੋਂਗੋਵਾਲ ਜਿਹੜੇ ਹੈਗੇ ਨੇ ਉਹ ਇੱਕ ਗद्दार ਸਾਬਤ ਹੋਏ ਨੇ ਉਹ ਸੈਲ ਆਊਟ ਹੈਗੇ ਨੇ ਕੇਂਦਰ ਸਰਕਾਰ ਦੇ ਨਾਲ ਉਹਨਾਂ ਨੇ ਸਮਝੌਤਾ ਕਰਕੇ ਗਲਤੀ ਕੀਤੀ ਹੈ ਸੰਤ ਜਰਨੈਲ ਸਿੰਘ ਪਿੰਰਵਾਲਾ ਉਹਨਾਂ ਦੀ ਸ਼ਹਾਦਤ ਨੂੰ ਮਿੱਟੀ ਚ ਰੋਲਦਾ ਹੈ ਇੱਕ ਮੋਕਾ ਪਰਸਥ ਹੈਗੇ ਨੇ ਸੋ ਇਸ ਕਿਸਮ ਦੇ ਤੌਮਤਾਂ ਤੇ ਇਸ ਕਿਸਮ ਦੀ ਜਿਹੜੇ ਇਲਜ਼ਾਮ ਉਹਨਾਂ ਤੇ ਉਹਨਾਂ ਦਿਨਾਂ ਦੇ ਵਿੱਚ ਲੱਗ ਰਹੇ ਹੁੰਦੇ ਨੇ ਬਹੁਤ ਸਾਰੇ ਐਸੇ ਅਕਾਲੀ ਦਲ ਹੁੰਦੇ ਨੇ ਯੂਨਾਈਟਿਡ ਅਕਾਲੀ ਦਲ ਕਈ ਹੋਰ ਸਪਲਿੰਟਡ ਅਕਾਲੀ ਤਰੇ ਹੁੰਦੇ ਨੇ ਗਰਮ ਖਿਆਲੀ ਜਿਹੜੇ ਆਗੂ ਹੁੰਦੇ ਨੇ ਉਹਨਾਂ ਵੱਲੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਲਗਾਤਾਰ ਉਹਨਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੁੰਦਾ ਹੈ ਸੋ ਸ਼ੇਰਪੁਰ ਦੀ ਇੱਕ ਜਿਹੜੀ ਘਟਨਾ ਹੈ ਉਹ ਤਕਰੀਬਨ ਸ਼ਾਮ 5:30 ਵਜੇ ਹੁੰਦੀ ਹੈ ਲੇਕਿਨ ਇਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਹ ਵੀ ਦੱਸਦਾ ਵੀ ਇਸ ਤੋਂ ਕੁਝ ਹੀ ਦਿਨ ਪਹਿਲਾਂ 30 ਜੁਲਾਈ 1985 ਜਦ ਉਹ ਉਸ ਸਿਰੇ ਚੜਨ ਤੋਂ ਬਾਅਦ ਸੰਤ ਲੰਗੋਵਾਲ ਅੰਮ੍ਰਿਤਸਰ ਪਹੁੰਚੇ ਹੁੰਦੇ ਨੇ ਦਰਬਾਰ ਸਾਹਿਬ ਆਪਣੇ ਹੋਰ ਸਾਥੀਆਂ ਦੇ ਨਾਲ ਮੱਥਾ ਟੇਕਣ ਪਹੁੰਚਦੇ ਨੇ ਉਸ ਵਕਤ ਵੀ ਉਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸੰਤ ਲੰਗੋਵਾਲ ਦਾ ਜਿਹੜਾ ਸੁਰੱਖਿਆ ਘੇਰਾ ਹੁੰਦਾ ਉਹ ਉਸ ਅਟੈਕ ਨੂੰ ਸਫਲ ਕਰ ਦਿੰਦਾ ਤੇ ਸੰਤ ਲੰਗੋਵਾਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਨਾਂ ਦੀ ਜਿਹੜੀ ਸੁਰੱਖਿਆ ਦਾ ਘੇਰਾ ਹੁੰਦਾ ਇਸ ਵਕਤ ਜਦੋਂ ਕਿ ਉਹ 20 ਅਗਸਤ 1985 ਨੂੰ ਸ਼ੇਰਪੁਰ ਦੇ ਇਸ ਗੁਰਦੁਆਰੇ ਦੇ ਵਿੱਚ ਸਮਾਗਮ ਦੇ ਵਿੱਚ ਮੌਜੂਦ ਹੁੰਦੇ ਨੇ ਤਕਰੀਬਨ ਦੱਸਿਆ ਜਾਂਦਾ ਵੀ ਉਸ ਕੰਪਾਊਂਡ ਹੈ ਉਸ ਕੰਪਾਊਂਡ ਦੇ ਆਸ-ਪਾਸ 200 ਤੋਂ ਵੱਧ ਜਿਹੜੀ ਪੁਲਿਸ ਫੋਰਸ ਸੀ ਉਹ ਤਾਇਨਾਤ ਹੁੰਦੀ ਹੈ ਜਿਸ ਦੇ ਵਿੱਚ ਕਿ ਤਕਰੀਬਨ 1.5 ਦਰਜਨ ਤੱਕ ਕਮਾਂਡੋ ਸ਼ਾਮਲ ਹੁੰਦੇ ਨੇ ਤਕਰੀਬਨ 20-25 ਹੋਰ ਐਸੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਜਿਹੜਾ ਉਹਨਾਂ ਨੂੰ ਮਿਲ ਰੱਖੀ ਹੁੰਦੀ ਹੈ ਸੋ ਇਸ ਚੀਜ਼ ਦਾ ਚੰਗੀ ਤਰ੍ਹਾਂ ਅੰਦਾਜ਼ਾ ਸਰਕਾਰਾਂ ਨੂੰ ਵੀ ਹੁੰਦਾ ਕਿਉਂਕਿ ਉਸ ਵਕਤ ਗਵਰਨਰ ਰਾਜ ਹੁੰਦਾ ਤੇ ਇਸ ਵਕਤ ਦੀ ਪੂਰੀ ਜਿਹੜੀ ਕਮਾਂਡ ਹੁੰਦੀ ਹੈ ਉਹ ਅਰਜੁਨ ਸਿੰਘ ਕੋਲ ਬਤਾ ਔਰ ਸੋ ਪੂਰੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਹੁੰਦਾ ਹੈ ਅਰਜੁਨ ਸਿੰਘ ਕੋਲ ਪੂਰੀ ਕਮਾਂਡ ਹੁੰਦੀ ਹੈ ਸੁਰੱਖਿਆ ਜਿਹੜੀ ਹੈ ਬਹੁਤ ਟਾਈਟ ਕੀਤੀ ਗਈ ਹੁੰਦੀ ਹੈ ਅਰਜੁਨ ਸਿੰਘ ਦੇ ਨਾਲ ਹੀ ਬਹੁਤ ਹੀ ਨੇੜਤਾ ਆਖਿਰ ਤੇ ਕੁਝ ਦਿਨਾਂ ਦੇ ਵਿੱਚ ਹੋ ਵੀ ਗਈ ਹੁੰਦੀ ਹੈ ਕਿਉਂਕਿ ਅਰਜੁਨ ਸਿੰਘ ਦੀ ਹੀ ਵਿਚਾਲਗੀ ਦੇ ਨਾਲ ਇਹ ਜਿਹੜਾ ਕਰਾਰ ਹੈ ਅਸੰਭਵ ਹੋ ਪਾਇਆ ਹੁੰਦਾ ਹੈ ਇਸੇ ਮਨੋਰਥ ਦੇ ਨਾਲ ਉਹਨਾਂ ਨੂੰ ਰਜੀਵ ਗਾਂਧੀ ਨੇ ਪੰਜਾਬ ਦਾ ਗਵਰਨਰ ਥਾਪਿਆ ਸੀ ਤੇ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਇੱਕ ਆਪਸ ਦੇ ਵਿੱਚ ਤਿੰਨੋਂ ਲੋਕਾਂ ਨੇ ਆਪਸ ਦੀ ਗੱਲਬਾਤ ਕਰਕੇ ਤੇ ਬਾਕੀ ਹੋਰ ਸਾਰੀ ਲੀਡਰਸ਼ਿਪ ਨੂੰ ਇਗਨੋਰ ਕਰਕੇ ਇਸ ਪੂਰੀ ਪ੍ਰੋਸੈਸ ਨੂੰ ਅੱਗੇ ਤੋਰਿਆ ਹੁੰਦਾ ਤੇ ਇਸ ਐਗਰੀਮੈਂਟ ਨੂੰ ਸਾਈਨ ਕਰਨ ਵਿੱਚ ਕਾਮਯਾਬ ਹੋਏ ਹੁੰਦੇ ਨੇ ਸੋ ਜਦੋਂ ਸ਼ੇਰਪੁਰ ਦੀ ਘਟਨਾ ਹੁੰਦੀ ਹੈ ਇੱਕ ਬਹੁਤ ਲੰਮਾ ਚੌੜਾ ਜਿਹੜਾ ਸੁਰੱਖਿਆ ਦਾ ਕੇਰਾ ਹੁੰਦਾ ਉਹ ਪੰਡਾਲ ਜਿੱਥੇ ਕਿ ਸਮਾਗਮ ਹੋ ਰਿਹਾ ਹੁੰਦਾ ਉਸ ਤੋਂ ਇਸ ਸੁਰੱਖਿਆ ਤੇ ਬਹੁਤ ਸਾਰੇ ਕਮਾਂਡੋਸ ਕੁਝ ਦੂਰੀ ਤੇ ਹੁੰਦੇ ਨੇ ਇਹ ਦੱਸਿਆ ਜਾਂਦਾ ਹੈ ਤਕਰੀਬਨ 5:30 ਵਜੇ ਜਦੋਂ ਸੰਤ ਹਰਚੰਤ ਸਿੰਘ ਲੋਂਗੋ ਵਾਲ ਦਾ ਭਾਸ਼ਣ ਖਤਮ ਹੁੰਦਾ ਹੈ ਸਪੀਚ ਖਤਮ ਹੁੰਦੀ ਹੈ ਜਿਸ ਵਿੱਚ ਕਿ ਉਹਨਾਂ ਨੇ ਰਜੀਵ ਲੋਂਗੋ ਵਾਲਾ ਇਕੋੜ ਦੀ ਗੱਲ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਜਕਾਰੇ ਛੱਡੇ ਜਾਂਦੇ ਨੇ ਇਸ ਦੌਰਾਨ ਜਿਹੜੇ ਸਥਾਨਕ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਦੇ ਜਿਹੜੇ ਹੋਰ ਕਾਰਕੂਨ ਹੁੰਦੇ ਨੇ ਉਹ ਕੁਝ ਥੈਲੀਆਂ ਭੇਟ ਕਰ ਦਿੰਦੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੂਵਮੈਂਟ ਲਈ ਧਰਮਯੁੱਧ ਮੋਰਚੇ ਦੇ ਸਮੇਂ ਤੋਂ ਜਾਂ ਫਿਰ ਉਸ ਤੋਂ ਪਹਿਲਾਂ ਦੇ ਸਮਿਆਂ ਤੋਂ ਵੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਤਰੀਕੇ ਦੇ ਸਮਾਗਮਾਂ ਦੇ ਵਿੱਚ ਪਿੰਡ ਵਾਸੀ ਜਾਂ ਸਥਾਨਕ ਜਿਹੜੇ ਜੋ ਕਿ ਉਸ ਸਟਰਗਲ ਲਈ ਉਸ ਮੂਵਮੈਂਟ ਲਈ ਇੱਕ ਯੋਗਦਾਨ ਹੁੰਦਾ ਸੀ ਸੋ ਥੈਲੀਆਂ ਪੇਂਟ ਕੀਤੀਆਂ ਜਾਂਦੀਆਂ ਜਿਸ ਤੋਂ ਬਾਅਦ ਜਗਾਰੇ ਛੱਡੇ ਜਾਂਦੇ ਨੇ ਤੇ ਜਗਾਰਾ ਛੱਡਣ ਤੇ ਸਾਰ ਹੀ ਉਸ ਸਮਾਗਮ ਦੇ ਪਹਿਲੀ ਜਿਹੜੀ ਪੰਕਤੀ ਵਿੱਚ ਬੈਠੇ ਤਿੰਨ ਹਮਲਾਵਰ ਹੁੰਦੇ ਨੇ ਦੱਸਿਆ ਜਾਂਦਾ ਉਸ ਵਕਤ ਉਥੇ ਤਿੰਨ ਹਮਲਾਵਰ ਸਨ ਜਿਨ੍ਹਾਂ ਵਿੱਚੋਂ ਦੋ ਆਇਡੈਂਟੀਫਾਈ ਹੋ ਪਾਏ ਤੇ ਇੱਕ ਹਮਲਾਵਰ ਉਸ ਵਿੱਚੋਂ ਬਚਨ ਦੇ ਵਿੱਚ ਕਾਮਯਾਬ ਹੋ ਜਾਂਦਾ ਸੋ ਇਹਨਾਂ ਹਮਲਾਵਰਾਂ ਵਿੱਚੋਂ ਇੱਕ ਗਿਆਨ ਸਿੰਘ ਜੋ ਕਿ ਪਿੰਡ ਜਿਹੜਾ ਲੀਲ ਪਿੰਡ ਹੁੰਦਾ ਹੈ ਗਿਆਨ ਸਿੰਘ ਲੀਲਬੀਸ ਨੂੰ ਜਾਣਿਆ ਜਾਂਦਾ ਹੈ ਇੱਕ ਸ਼ਖਸ ਨੂੰ ਉਹ ਜਿਹੜਾ ਗਿਆਨ ਸਿੰਘ ਹੁੰਦਾ ਸਭ ਤੋਂ ਪਹਿਲਾਂ ਉਹ ਉੱਠਦਾ ਤੇ ਉਹ ਆਪਣੀ ਬੰਦੂਕ ਦੇ ਨਾਲ ਗੋਲੀਆਂ ਜਿਹੜੀਆਂ ਹੈ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਂਾ ਉੱਤੇ ਚਲਾਉਂਦਾ ਹੈ ਗੋਲੀ ਜਿਹੜੀ ਹੈ ਉਹਦੀ ਟਾਰਗੇਟ ਮਿਸ ਕਰ ਜਾਂਦੀ ਹੈ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਖੱਬੇ ਸੱਜੇ ਬਹੁਤ ਲੋਕ ਖੜੇ ਹੁੰਦੇ ਨੇ ਗਿਆਨ ਸਿੰਘ ਦੀ ਪਿਸਤੌਲ ਚੋਂ ਚੱਲੀ ਜਿਹੜੀ ਗੋਲੀ ਹੈ ਉਹ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮਿਸ ਕਰ ਜਾਂਦੀ ਹੈ ਕਈ ਗੋਲੀਆਂ ਉਹ ਚਲਾਉਂਦਾ ਹੈ ਜੋ ਕਿ ਇੱਕ ਵੀ ਨਿਸ਼ਾਨੇ ਤੇ ਨਹੀਂ ਲੱਗਦੀ ਹੈ ਖੱਬੇ ਸੱਜੇ ਗੋਲੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਿ ਕੁਝ ਜਿਹੜੇ ਅਕਾਲੀ ਦਲ ਦੇ ਵਰਕਰ ਜੋ ਕਿ ਸੰਤ ਲੋਂਗੋਵਾਲ ਦੇ ਪਿੱਛੇ ਖੜੇ ਹੁੰਦੇ ਉਹ ਫਟਟੜ ਹੋ ਜਾਂਦੇ ਨੇ ਪੂਰੇ ਪੰਡਾਲ ਦੇ ਵਿੱਚ ਇੱਕ ਹਲਚਲ ਮਚ ਜਾਂਦੀ ਹੈ ਇਸ ਦੌਰਾਨ ਬਹੁਤ ਸਾਰੇ ਅਕਾਲੀ ਜਿਹੜੇ ਲੀਡਰ ਹੁੰਦੇ ਨੇ ਜੋ ਕਿ ਸਟੇਜ ਤੇ ਮੌਜੂਦ ਹੁੰਦੇ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਕੇਰ ਲੈਂਦੇ ਨੇ ਉਹਨਾਂ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਨੇ ਕਿਉਂਕਿ ਜਿਹੜਾ ਆਡੀਅנס ਹੁੰਦਾ ਹੈ ਉਸ ਦੇ ਵਿੱਚੋਂ ਹੀ ਗੋਲੀ ਚੱਲ ਰਹੀ ਹੁੰਦੀ ਹੈ ਗਿਆਨ ਸਿੰਘ ਇਸ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਲੇਕਿਨ ਉਸ ਨੂੰ ਕਾਬੂ ਕਰ ਲਿਆ ਜਾਂਦਾ ਉਸ ਦੀ ਪਿਸਤੌਲ ਖੋਲੀ ਜਾਂਦੀ ਹੈ ਇਸ ਦੌਰਾਨ ਪੋਜੀਸ਼ਨ ਇਹ ਹੁੰਦੀ ਹੈ ਵੀ ਸੰਤ ਹਰਚੰਦ ਸਿੰਘ ਲੋਂਗੋਵਾਲ ਸੁਰੱਖਿਅਤ ਹੁੰਦੇ ਨੇ ਲੇਕਿਨ ਉਹਨਾਂ ਨੂੰ ਬਹੁਤ ਨੇੜਤਾ ਤੋਂ ਤੇ ਬਹੁਤ ਹੀ ਜ਼ਿਆਦਾ ਲੋਕਾਂ ਨੇ ਘੇਰਾ ਪਾ ਲਿਆ ਹੁੰਦਾ ਹੈ ਸਾਹ ਉਹਨਾਂ ਨੂੰ ਨਹੀਂ ਆ ਰਿਹਾ ਹੁੰਦਾ ਜਿਸ ਤੋਂ ਬਾਅਦ ਉਹ ਇਹ ਕਹਿੰਦੇ ਨੇ ਕਿ ਮੈਨੂੰ ਸਾਹ ਲੰਦ ਦਿਓ ਮੈਨੂੰ ਇੱਕ ਘੇਰਾ ਥੋੜਾ ਜਿਹਾ ਰਿਲੀਜ਼ ਕਰੋ ਇਸ ਸਮੇਂ ਤੱਕ ਜਿਹੜਾ ਵੀ ਸੁਰੱਖਿਆ ਦਾ ਉਹਨਾਂ ਦਾ ਘੇਰਾ ਕਮਾਂਡੋਸ ਜਾਂ ਫਿਰ ਪੁਲਿਸ ਦੇ ਜਵਾਨ ਉਹਨਾਂ ਦੇ ਨਾਲ ਤਣਾਤੀ ਦੇ ਵਿੱਚ ਹੁੰਦੇ ਨੇ ਪੰਡਾਲ ਦੇ ਆਸ-ਪਾਸ ਹੁੰਦੇ ਨੇ ਲੇਕਿਨ ਉਹ ਇਸ ਘਟਨਾ ਦੇ ਮੌਕੇ ਆ ਉਸ ਸਪੌਟ ਤੱਕ ਨਹੀਂ ਪਹੁੰਚ ਪਾਏ ਹੁੰਦੇ ਗੋਲੀਆਂ ਚੱਲ ਚੁੱਕੀਆਂ ਹੁੰਦੀਆਂ ਨੇ ਲੇਕਿਨ ਇਹ ਇੱਕ ਬਹੁਤ ਵੱਡਾ ਇੱਕ ਵਿਸ਼ਾ ਵੀ ਬਾਅਦ ਦੇ ਵਿੱਚ ਕੋਖਦਾ ਰਿਹਾ ਇਨਵੈਸਟੀਗੇਸ਼ਨ ਜਾਂ ਫਿਰ ਇੱਕ ਕੌਨਸਪੀਰੇਸੀ ਥਿਊਰੀ ਨੂੰ ਹੋਰ ਜਿਹੜਾ ਹਵਾ ਦੇਣ ਵਾਲਾ ਇੱਕ ਐਸਪੈਕਟ ਸੀ ਕਿ ਇੰਨਾ ਸਮਾਂ ਕਿਉਂ ਲੱਗਿਆ ਗੋਲੀਆਂ ਚੱਲਦੇ ਨਾਲ ਹੀ ਉਹ ਜਿਹੜੇ ਕਮਾਂਡੋ ਜਾਂ ਪੁਲਿਸ ਵਾਲੇ ਸਨ ਉਹ ਐਕਸ਼ਨ ਦੇ ਵਿੱਚ ਕਿਉਂ ਨਹੀਂ ਆਏ ਕਿਉਂਕਿ ਇਸ ਤੋਂ ਬਾਅਦ ਜੋ ਹੋਣਾ ਸੀ ਹੋਰ ਵੀ ਗੰਭੀਰ ਸੀ ਸੰਧਰਚਨ ਸਿੰਘ ਲੋਂਗੋਵਾਲ ਵੱਲੋਂ ਕਿਹਾ ਗਿਆ ਉਹਨਾਂ ਦੇ ਜਿਹੜੇ ਸਮਰਥਕ ਉਹਨਾਂ ਨੇ ਕੇਰ ਲਿਆ ਸੀ ਬਿਲਕੁਲ ਉਲਰ ਕੇ ਉਹਨਾਂ ਦੇ ਉੱਤੇ ਇੱਕ ਤਰੀਕੇ ਨਾਲ ਸਭ ਲੋਕ ਆ ਗਏ ਸਨ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹ ਕੇਰਾ ਰਿਲੀਜ਼ ਕਰੋ ਮੈਨੂੰ ਸਾਹ ਦੇ ਹਵਾਣ ਦਿਓ ਜਿਵੇਂ ਹੀ ਕੇਰਾ ਟੁੱਟਦਾ ਹੈ ਉਸ ਦੌਰਾਨ ਉਸੇ ਆਡੀਅנס ਦੇ ਵਿੱਚੋਂ ਯਾਨੀ ਕਿ ਪੰਡਾਲ ਦੇ ਵਿੱਚ ਬ ਗਿਆਨ ਸਿੰਘ ਦੇ ਨਾਲ ਕੁਝ ਸੀਟਾਂ ਛੱਡ ਕੇ ਬੈਠਾ ਹੋਇਆ ਇੱਕ ਹੋਰ ਸ਼ਖਸ ਖੜਾ ਹੁੰਦਾ ਹੈ ਜਿਸ ਦਾ ਨਾਂ ਹਲਵਿੰਦਰ ਸਿੰਘ ਬਿੱਲਾ ਹਲਵਿੰਦਰ ਸਿੰਘ ਬਿੱਲਾ ਆਪਣੀ ਪਿਸਤੌਲ ਕੱਢਦਾ ਤੇ ਬਿਲਕੁਲ ਪੁਆਇੰਟ ਬਲੈਂਕ ਰੇਂਜ ਤੋਂ ਯਾਨੀ ਕਿ ਉਸ ਵਕਤ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਬਹੁਤ ਨੇੜੇ ਪਹੁੰਚ ਚੁੱਕਾ ਹੁੰਦਾ ਇੱਕ ਪਲੈਨਿੰਗ ਦਾ ਹਿੱਸਾ ਹੁੰਦਾ ਵੀ ਪਹਿਲਾਂ ਗਿਆਨ ਸਿੰਘ ਨੇ ਗੋਲੀਆਂ ਚਲਾਈਆਂ ਹੁੰਦੀਆਂ ਨੇ ਗਿਆਨ ਸਿੰਘ ਦੀ ਜੇ ਗੋਲੀ ਚੁੱਕ ਜਾਏ ਤਾਂ ਉਸ ਹਾਲਾਤ ਦੇ ਵਿੱਚ ਇੱਕ ਬੈਕਅਪ ਦੇ ਤੌਰ ਤੇ ਹਲਵਿੰਦਰ ਸਿੰਘ ਬਿੱਲਾ ਨੂੰ ਵਰਤਿਆ ਜਾਂਦਾ ਹੈ ਹਲਵਿੰਦਰ ਸਿੰਘ ਬਿੱਲਾ ਬਿਲਕੁਲ ਨੇੜੇ ਪਹੁੰਚਦਾ ਸੰਤ ਲੰਗੋਵਾਲ ਦੇ ਉਸ ਵਕਤ ਤੱਕ ਹਲਚਲ ਹੁੰਦੀ ਹੈ ਲੇਕਿਨ ਇਹ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਹੁੰਦਾ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਇੱਕ ਹੋਰ ਹਮਲਾਵਰ ਉੱਥੇ ਹੀ ਬਿਲਕੁਲ ਹਰਚੰਦ ਸਿੰਘ ਲੰਗੋਵਾਲ ਹੋਣਾ ਦੇ ਕੁਝ ਫੀਟ ਦੀ ਦੂਰੀ ਤੇ ਹੈ ਜਿਵੇਂ ਉਹ ਜਿਹੜਾ ਖੇਰਾ ਹੁੰਦਾ ਥੋੜਾ ਜਿਹਾ ਢਿੱਲਾ ਪੈਂਦਾ ਜਾਂ ਫਿਰ ਸੰਤ ਲੰਗੋਵਾਲ ਦੇ ਹੀ ਨਿਰਦੇਸ਼ ਮੁਤਾਬਕ ਹੋਣਾ ਦੇ ਜਿਹੜੇ ਸਮਰਥਕ ਹੁੰਦੇ ਨੇ ਥੋੜਾ ਜਿਹਾ ਪਿੱਛੇ ਹਟਦੇ ਨੇ ਸਪੇਸ ਮਿਲਦੀ ਹੈ ਹਲਵਿੰਦਰ ਸਿੰਘ ਜਿਹੜੀ ਆਪਣੀ ਪਿਸਟਲ ਦੇ ਨਾਲ ਜਿਹੜੀ ਗੋਲੀ ਹੈ ਪੁਆਇੰਟ ਬਲੈਂਕ ਰੇਂਜ ਤੋਂ ਲੰਗੋਵਾਲ ਹੋਣਾ ਦੇ ਐਬਡੋਮਨ ਤੇ ਪੇਟ ਦੇ ਵਿੱਚ ਮਾਰਦਾ ਉਹਨਾਂ ਦੇ ਪੇਟ ਦੇ ਵਿੱਚ ਇੱਕ ਗੋਲੀ ਮਾਰੀ ਜਾਂਦੀ ਹੈ ਇਹ ਬਹੁਤ ਹੀ ਇੱਕ ਕਾਤਕ ਜਿਹੜਾ ਫਾਇਰ ਹੁੰਦਾ ਹੈ ਜਿਸ ਤੋਂ ਬਾਅਦ ਕੀ ਇੱਕਦਮ ਸੰਤਾ ਚੰਦ ਸਿੰਘ ਲੰਗੋਵਾਲ ਗਿਰ ਜਾਂਦੇ ਨੇ ਤੇ ਨਾਲ ਹੀ ਜਿਹੜੇ ਸਮਰਥਕ ਹੁੰਦੇ ਨੇ ਉਹ ਹਲਵਿੰਦਰ ਸਿੰਘ ਨੂੰ ਵੀ ਜਫਾ ਪਾਲੰਦੇ ਨੇ ਉੱਥੇ ਉਹਨੂੰ ਵੀ ਫੜ ਲਿਆ ਜਾਂਦਾ ਹੈ ਇਸ ਗੁੱਸਾ ਕਾਫੀ ਰੋਹ ਹੁੰਦਾ ਹੈ ਉਸ ਦੌਰਾਨ ਦੱਸਿਆ ਜਾਂਦਾ ਹੈ ਵੀ ਇੱਕ ਸ਼ੇਰ ਸਿੰਘ ਨਾਲਾ ਇੱਕ ਹਨਮੈਨ ਨਾਲ ਦੇ ਨਾਲ ਹੁੰਦਾ ਤੇ ਉੱਥੋਂ ਦਾ ਹੀ ਇੱਕ ਜਿਹੜਾ ਸੰਤ ਅਜੰਤ ਸਿੰਘ ਲੰਗੋਵਾਲ ਉਹਨਾਂ ਦਾ ਇੱਕ ਭਤੀਜਾ ਹੁੰਦਾ ਉਸ ਦੇ ਵੱਲੋਂ ਗੋਲੀਆਂ ਵਾਪਸ ਚਲਾਈਆਂ ਜਾਂਦੀਆਂ ਨੇ ਜਿਸ ਵਿੱਚ ਹਲਵਿੰਦਰ ਸਿੰਘ ਬਿੱਲਾ ਅਨੂਵੀ ਗੋਲੀ ਵਾਜਦੀ ਹੈ ਬਾਅਦ ਦੇ ਵਿੱਚ ਹਸਪਤਾਲ ਵਿੱਚ ਉਸਨੇ ਦਮ ਤੋੜ ਦੇਣਾ ਹੁੰਦਾ ਹੈ ਹਲਵਿੰਦਰ ਸਿੰਘ ਦੀ ਮੌਤ ਜਿਹੜੀ ਹੈ ਉਹ ਬਾਅਦ ਦੇ ਵਿੱਚ ਇਸ ਗੋਲੀ ਚੱਲਣ ਤੋਂ ਬਾਅਦ ਦੇ ਵਿੱਚ ਯਾਨੀ ਕਿ ਹਮਲਾਵਰ ਦੀ ਮੌਤ ਜਿਹੜੀ ਹੈ ਉਹ ਹਸਪਤਾਲ ਦੇ ਵਿੱਚ ਜਾ ਕੇ ਹੋਣੀ ਹੁੰਦੀ ਹੈ ਲੇਕਿਨ ਇਸ ਦੌਰਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਬੁਰੀ ਤਰ੍ਹਾਂ ਉਹਨਾਂ ਨੂੰ ਗੋਲੀ ਲੱਗੀ ਹੁੰਦੀ ਹੈ ਤੇ ਇਸ ਵਕਤ ਇੱਕ ਬਹੁਤ ਹੀ ਫਿਟਲ ਅਟੈਕ ਹੁੰਦਾ ਹੈ ਫਿਟਲ ਫਾਇਰ ਹੁੰਦਾ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਖੂਨ ਉਹਨਾਂ ਦਾ ਬਹੁਤ ਜ਼ਿਆਦਾ ਡੁੱਲ ਚੁੱਕਿਆ ਹੁੰਦਾ ਡੁੱਲ ਰਿਹਾ ਹੁੰਦਾ ਐਬਡੋਮਨ ਦੇ ਵਿੱਚ ਇਸ ਉ ਪਲਸ ਰੇਟ ਉਹਨਾਂ ਦਾ ਨਹੀਂ ਚੱਲ ਰਿਹਾ ਹੁੰਦਾ ਤੇ ਤਕਰੀਬਨ ਸ਼ਾਮ 8:30 ਤੋਂ ਬਾਅਦ 8:40 ਦੇ ਆਸ-ਪਾਸ ਉਹਨਾਂ ਨੂੰ ਹਸਪਤਾਲ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਹੈ ਇਸ ਦੌਰਾਨ ਹਾਲਾਂਕਿ ਪੀਜੇ ਵੱਲੋਂ ਵੀ ਡਾਕਟਰ ਭੇਜੇ ਜਾਂਦੇ ਨੇ ਬਲੱਡ ਡੋਨੇਸ਼ਨ ਲਈ ਵੀ ਸਾਰੇ ਲੋਕ ਤਿਆਰ ਹੁੰਦੇ ਨੇ ਕਿਉਂਕਿ ਖੂਨ ਬਹੁਤ ਵਹਿ ਚੁੱਕਾ ਹੁੰਦਾ ਲੇਕਿਨ ਇੱਕ ਕ੍ਰਿਟੀਕਲ ਵੂਨਡ ਹੁੰਦਾ ਜਿਸ ਤੋਂ ਬਾਅਦ ਕੀ ਸੰਤਾ ਚੰਦ ਸਿੰਘ ਲੰਗੋਵਾਲ ਦੀ ਮੌਤ ਹੋ ਜਾਂਦੀ ਹੈ 8:40 ਦੇ ਆਸ-ਪਾਸ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਹੈ ਸੋ ਇਸ ਤਰੀਕੇ ਨਾਲ ਇੱਕ ਯੁਗਦਾਂਤ ਹੋ ਚੁੱਕਾ ਹੁੰਦਾ ਹੈ ਉਹ ਸ਼ਖਸ ਉਹ ਕਿਰਦਾਰ ਅਕਾਲੀ ਦਲ ਦਾ ਉਹ ਪ੍ਰਧਾਨ ਜਿਸ ਨੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਦੀ ਬਹਾਲੀ ਲਈ ਪੂਰਾ ਜ਼ੋਰ ਲਗਾਇਆ ਉਸ ਵਕਤ ਜਦੋਂ ਕਿ ਹਰ ਪਾਸੇ ਗੋਲੀਆਂ ਬੰਦੂਕ ਖੂਨ ਖਰਾਬਾ ਸੀ ਉਸ ਵਕਤ ਸ਼ਾਂਤੀ ਦੀ ਗੱਲ ਕਰਨ ਵਾਲਾ ਸਮਝੌਤੇ ਦੀ ਗੱਲ ਕਰਨ ਵਾਲਾ ਸ਼ਾਂਤੀ ਦਾ ਪੈਰੋਕਾਰ ਹੀ ਕਹਿ ਸਕਦੇ ਹਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਜਿਨ੍ਹਾਂ ਨੂੰ ਕੋਈ ਇੱਕ ਤਬਕਾ ਗੱਦਾਰ ਵੀ ਕਹਿੰਦਾ ਹੈ ਇੱਕ ਤਬਕਾ ਉਹਨਾਂ ਦੇ ਵਿਕੇ ਹੋਏ ਹੋਣ ਦੀ ਵੀ ਗੱਲ ਕਰਦਾ ਹੈ ਲੇਕਿਨ ਹਰਚੰਦ ਸਿੰਘ ਲੋਂਗੋਵਾਲ ਇੱਕ ਬਹੁਤ ਹੀ ਮੋਨਿਊਮੈਂਟਲ ਇੱਕ ਡਾਕੂਮੈਂਟ ਸੈਂਡ ਕਰਕੇ ਜਿਸ ਵਿੱਚ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤਾ ਜਾਣਾ ਹੁੰਦਾ ਹੈ ਕਈ ਆਊਟਸੈਂਡਿੰਗ ਮੁੱਦਿਆਂ ਦਾ ਹੱਲ ਤਲਾਸ਼ਾ ਜਾਣਾ ਹੁੰਦਾ ਹੈ ਇਹਦੇ ਲਈ ਇੱਕ ਡੈਡਲਾਈਨ ਦਿੱਤੀ ਗਈ ਹੁੰਦੀ ਹੈ ਚੰਡੀਗੜ੍ਹ ਨੂੰ ਹੀ ਪੰਜਾਬ ਨੂੰ ਟਰਾਂਸਫਰ ਕਰਨ ਦੀ ਡੈਡਲਾਈਨ 26 ਜਨਵਰੀ 1986 ਦੀ ਯਾਨੀ ਕਿ ਇਸ ਘਟਨਾ ਤੋਂ ਤਕਰੀਬਨ 6 ਜਾਂ 7 ਮਹੀਨੇ ਬਾਅਦ ਹੀ ਹੁੰਦੀ ਹੈ ਸੋ ਇਸ ਹਾਲਾਤ ਦੇ ਵਿੱਚ ਸੰਤ ਲੰਗੋਵਾਲ ਦੀ ਮੌਤ ਹੋ ਚੁੱਕੀ ਹੁੰਦੀ ਹੈ ਲੇਕਿਨ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਕੌਨਸਪੀਰੇਸੀ ਹੈ ਉਹਦੇ ਪਿੱਛੇ ਦੀ ਜਿਹੜੀ ਗੁੱਤੀ ਹੈ ਹਮਲਾਵਰ ਜਿਹੜੇ ਹੁੰਦੇ ਨੇ ਉਹਨਾਂ ਤੇ ਸਭ ਦਾ ਫੋਕਸ ਹੋਣਾ ਸ਼ੁਰੂ ਹੁੰਦਾ ਹੈ ਜਿਹੜਾ ਕਾਬੂ ਕੀਤਾ ਗਿਆ ਸ਼ਖਸ ਹੁੰਦਾ ਗਿਆਨ ਸਿੰਘ ਹੁੰਦਾ ਲੀਲਪਿੰਡ ਦਾ ਹੁੰਦਾ ਗਿਆਨ ਸਿੰਘ ਦੱਸਦਾ ਹੈ ਕਿਉਂਕਿ ਗਿਆਨ ਸਿੰਘ ਨੇ ਸ਼ੁਰੂਆਤੀ ਦੌਰ ਦੇ ਵਿੱਚ ਆਪਣੇ ਕੇਸ ਕਟਵਾ ਵੀ ਰੱਖੇ ਹੁੰਦੇ ਨੇ ਦੱਸਿਆ ਜਾਂਦਾ ਹੈ ਕਿਸੇ ਸਮੇ ਉਹ ਬੰਬੇ ਵੀ ਗਿਆ ਬੰਬੇ ਵੀ ਜਾ ਕੇ ਫਿਲਮਾਂ ਵਿੱਚ ਵੀ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਕਾਫੀ ਹੱਦ ਤੱਕ ਇਹ ਪਤਾ ਚਲ ਚੁੱਕਾ ਹੁੰਦਾ ਵੀ ਹਮਲਾ ਕਿਸ ਤਰੀਕੇ ਨਾਲ ਕਰਵਾਇਆ ਗਿਆ ਕਿਸ ਨੇ ਕਰਵਾਇਆ ਇਹਦੇ ਪਿੱਛੇ ਦੀ ਵੱਡੀ ਅਪਰਾਧਿਕ ਸਾਜ਼ਿਸ਼ ਦਾਤਾ ਪਤਾ ਨਹੀਂ ਚਲ ਪਾਇਆ ਅੱਜ ਤੱਕ ਨਹੀਂ ਚਲ ਪਾਇਆ ਲekin ਇਹ ਫੈਕਟ ਹੁੰਦਾ ਵੀ ਗਿਆਨ ਸਿੰਘ ਦੱਸਦਾ ਵੀ ਹਲਵਿੰਦਰ ਸਿੰਘ ਜੋ ਕਿ ਹੁਣ ਤੱਕ ਮਰ ਚੁੱਕਾ ਹੁੰਦਾ ਹੈ ਉਸ ਦੇ ਨਾਲ ਇਹ ਦੋਵੇਂ ਆਏ ਸੀ ਇਹਨਾਂ ਦੇ ਨਾਲ ਇੱਕ ਤੀਸਰਾ ਸ਼ਖਸੀ ਜੋ ਕਿ ਉਸੇ ਪੀੜ੍ਹੀ ਉਸੇ ਸਮਾਗਮ ਦਾ ਹਿੱਸਾ ਸੀ ਜਿਸ ਦਾ ਨਾਮ ਜਰਨੈਲ ਦੱਸਿਆ ਜਾਂਦਾ ਜਰਨੈਲ ਸਿੰਘ ਇਹ ਜਰਨੈਲ ਸਿੰਘ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਹੋਣਾ ਦੇ ਨਾਲ ਵੀ ਰਿਹਾ ਹੁੰਦਾ ਹੈ ਚੌਕ ਮਹਿਤੇ ਇਸ ਨੇ ਬਤੌਰ ਇੱਕ ਸੇਵਾਦਾਰ ਦੀ ਡਿਊਟੀ ਵੀ ਕੀਤੀ ਹੁੰਦੀ ਹੈ ਇਹ ਦੋਵਾਂ ਨੂੰ ਜਿਹੜੀ ਹਥਿਆਰਾਂ ਦੀ ਟ੍ਰੇਨਿੰਗ ਜਾਂ ਫਿਰ ਇੱਕ ਮੋਟਰਸਾਈਕਲ ਕਿਉਂਕਿ ਉਸ ਵਕਤ ਦੇ ਵਿੱਚ ਉਹ ਮੋਟਰਸਾਈਕਲ ਦਿੱਤਾ ਜਾਂਦਾ ਜਿਸ ਦੇ ਵਿੱਚ ਕਿਸਾਂ ਅਰਚਨ ਸਿੰਘ ਲੌਂਗੋਵਾਲ ਨੂੰ ਟਰੈਕ ਕੀਤਾ ਜਾਣਾ ਹੁੰਦਾ ਸੋ ਇਹ ਲੋਕਾਂ ਨੇ ਉਹਨਾਂ ਦੀ ਮੂਵਮੈਂਟ ਨੂੰ ਟਰੈਕ ਕੀਤਾ ਹੁੰਦਾ ਚੰਡੀਗੜ੍ਹ ਉਸ ਦਿਨ ਸਵੇਰੇ ਜਦੋਂ ਉੱਥੋਂ ਨਿਕਲੇ ਹੁੰਦੇ ਨੇ ਸੰਗਰੂਰ ਦੇ ਵਿੱਚ ਸ਼ੇਰਪੁਰ ਪਹੁੰਚੇ ਹੁੰਦੇ ਨੇ ਉਸ ਦੌਰਾਨ ਇਹਨਾਂ ਨੂੰ ਇੱਕ ਮੋਟਰਸਾਈਕਲ ਮੁਹయ్యా ਕਰਵਾਇਆ ਜਾਂਦਾ ਹੈ ਹਥਿਆਰ ਗੋਲੀ ਸਿੱਕਾ ਸਭ ਇਹਨਾਂ ਕੋਲ ਹੁੰਦਾ ਉਹ ਹਥਿਆਰ ਗੋਲੀ ਸਿੱਕਾ ਜਾਂ ਟ੍ਰੇਨਿੰਗ ਮੁਹయ్యా ਕਰਾਉਣ ਵਾਲਾ ਸ਼ਖਸ ਹੁੰਦਾ ਜਰਨੈਲ ਸਿੰਘ ਜਰਨੈਲ ਸਿੰਘ ਪਗੋੜਾ ਹੁੰਦਾ ਤੇ ਕਾਫੀ ਲੰਮਾ ਸਮਾਂ ਤੱਕ ਪਗੋੜਾ ਹੀ ਰਿਹਾ ਉਹ ਪੁਲਿਸ ਦੇ ਹੱ ਮੇਨ ਜਿਹੜਾ ਕੌਨਸਪੀਰੇਟਰ ਹੈ ਉਹ ਜਰਨੈਲ ਸਿੰਘ ਮੰਨਿਆ ਗਿਆ ਉਹਦੀ ਦੇਣਦਤਾ ਕੁਝ ਐਸੇ ਅਕਾਲੀ ਲੀਡਰਾਂ ਦੇ ਨਾਲ ਵੀ ਦੱਸੀ ਜਾਂਦੀ ਹੈ ਉਸੇ ਵਕਤ ਦੇ ਵਿੱਚ ਯੂਨਾਈਟਿਡ ਅਕਾਲੀ ਦਲ ਜਿਹੜਾ ਹੁੰਦਾ ਸੀ ਆ ਬਣਿਆ ਸੀ ਉਸਦੇ ਵੀ ਕਈ ਲੀਡਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਰਣਜੀਤ ਸਿੰਘ ਬ੍ਰਹਮਪੁਰਾ ਜਗਦੇਵ ਸਿੰਘ ਤਲਵੰਡੀ ਇੱਕ ਹੋਰ ਐਸਜੀਪੀਸੀ ਦੇ ਸਖਤਰ ਹੁੰਦੇ ਸੀ ਅਵਿਨਾਸ਼ੀ ਸਿੰਘ ਇਹ ਸਭ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਇਹਨਾਂ ਸਭ ਨਾਲ ਤਾਂ ਜਿਹੜੀ ਵੀ ਇੰਟਰੋਗੇਸ਼ਨ ਹੋ ਪਾਈ ਜਾਂ ਜੋ ਵੀ ਇਹਨਾਂ ਤੋਂ ਸਭ ਤੋਂ ਪੁੱਛਿਆ ਗਿਆ ਜੋ ਵੀ ਕਲੂਜ਼ ਮਿਲੇ ਹਮਲਾਵਰਾਂ ਤੋਂ ਜੋ ਕੁਝ ਮਿਲ ਪਾਇਆ ਉਸ ਤੋਂ ਕੋਈ ਵੀ ਮੁਕੰਮਲ ਤਸਵੀਰ ਜਿਹੜੀ ਹੈ ਇੱਕ ਵੱਡੀ ਅਪਰਾਧਿਕ ਸਾਜ਼ਿਸ਼ ਦੇ ਸਾਹਮਣੇ ਨਹੀਂ ਆ ਪਾਈ ਮੋਟੀ ਮੋਟੀ ਗੱਲ ਤਾਂ ਇਹੀ ਸਮਝ ਆ ਪਈ ਵੀ ਉਹ ਨੌਜਵਾਨ ਉਹ ਜਿਹੜੇ ਗਰਮ ਖਿਆਲੀ ਜਾਂ ਕਟੜਪੰਥੀ ਜਥੇਬੰਦੀਆਂ ਸਨ ਖਾੜਕੂ ਜਥੇਬੰਦੀਆਂ ਸਨ ਉਹਨਾਂ ਦਾ ਇੱਕ ਕਾਰਾ ਹੈ ਕਿਉਂਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਤੋਂ ਗੁੱਸਾ ਰੱਖਣ ਵਾਲੇ ਜਾਂ ਉਹਨਾਂ ਦੇ ਪ੍ਰਤੀ ਗਿਲਾ ਰੱਖਣ ਵਾਲੇ ਇੱਕ ਬਹੁਤ ਵੱਡਾ ਤਬਕਾ ਸੀ ਕਿਉਂਕਿ ਉਹਨਾਂ ਦੀ ਮੌਤ ਦਾ ਜਾਂ ਉਹਨਾਂ ਦੀ ਹੱਤਿਆ ਦਾ ਕਾਰਨ ਬਣਿਆ ਜਾਂ ਜਿਸ ਨੇ ਉਹਨਾਂ ਦੀ ਇਸ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੇਕਿਨ ਇਸ ਦੇ ਬਾਵਜੂਦ ਇੱਕ ਬਹੁਤ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ ਕਿਉਂ ਸੰਤ ਹਰਚੰਦ ਸਿੰਘ ਲੰਗੋਵਾਲ ਦਾ ਇਹ ਜਿਹੜਾ ਕਰਾਰ ਸੀ ਜੇ ਇੱਕ ਮਾਸਟਰ ਸਟੋਕ ਦੀ ਰੂਪ ਵਿੱਚ ਇਸ ਨੂੰ ਵੇਖਿਆ ਜਾਂਦਾ ਜੇ ਸਿਰੇ ਚੜਦਾ ਕਿਸੇ ਸਮੇਂ ਆਤਾ ਇੱਕ ਬਹੁਤ ਵੱਡਾ ਇੱਕ ਮੋਨੂਮੈਂਟਲ ਐਗਰੀਮੈਂਟ ਸੀ ਜਿਸ ਤੋਂ ਬਾਅਦ ਕੀ ਪੰਜਾਬ ਦੀਆਂ ਸਮੱਸਿਆਵਾਂ ਤੇ ਪੰਜਾਬ ਦੇ ਆਣ ਵਾਲਾ ਭਵਿੱਖ ਜਿਹੜਾ ਸੀ ਉਸ ਨੇ ਬਹੁਤ ਹੀ ਇੱਕ ਵੱਖਰੇ ਤਰੀਕੇ ਦਾ ਖੋਜਣਾ ਸੀ ਜਾਂ ਹੋ ਸਕਦਾ ਸੀ ਸੋ ਇਹ ਦੇ ਇਹਦੇ ਪਿੱਛੇ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਬਹੁਤ ਸਾਈਡਲਾਈਨਡ ਹੋਈ ਇਸ ਰਜੀਵ ਲੰਗੋਵਾਲ ਐਗਰੀਓਰਡ ਦੇ ਦੌਰਾਨ ਕਾਂਗਰਸ ਦੀ ਲੀਡਰਸ਼ਿਪ ਗਿਆਨੀ ਜੈਲ ਸਿੰਘ ਤੇ ਬੂਟਾ ਸਿੰਘ ਵਰਗੇ ਲੀਡਰ ਜਿਹੜੇ ਸੀ ਉਹ ਸਾਈਡਲਾਈਨ ਰਹੇ ਇਹਨਾਂ तमाम ਵੱਡੇ ਆਗੂਆਂ ਦੇ ਮਨਾਂ ਦੇ ਵਿੱਚ ਇਹ ਪਾਸ ਸੀ ਇਹ ਰੋਸ ਸੀ ਇਹ ਗੁੱਸਾ ਸੀ ਵੀ ਇਹ ਜਿਹੜਾ ਕਰਾਰ ਹੈ ਇਹ ਸਾਡੀ ਸਹਿਮਤੀ ਤੋਂ ਬਗੈਰ ਵੀ ਹੈ ਤੇ ਇਹ ਕਾਫੀ ਹੱਦ ਤੱਕ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਕਦ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਉੱਚਾ ਕਰਨ ਦੀ ਯਾਰ ਕਰਪਾਣ ਦੀ ਸਮਰੱਥਾ ਜਿਹੜੀ ਹੈ ਉਹ ਰੱਖਦਾ ਸੋ ਇਸ ਕਰਾਰ ਤੋਂ ਖਤਰਾ ਸੀ ਸੰਤ ਲੋਂਗੋਵਾਲ ਹੋਣਾਂ ਦੇ ਜਿਹੜੇ ਵਧਦੇ ਹੋਏ ਕਦ ਜਾਂ ਫਿਰ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀ ਡਾਇਰੈਕਟ 1 ਟੂ 1 ਜੋ ਅਜੀਬ ਗਾਂਧੀ ਦੇ ਨਾਲ ਸੀ ਉਸ ਤੋਂ ਡਰ ਸੀ ਮੋਟੀਆਂ-ਮੋਟੀਆਂ ਗੱਲਾਂ ਤਾਂ ਮੋٹے-ਮੋٹے ਖਦਸ਼ੇ ਤਾਂ ਇਹ ਹੀ ਸਨ ਲੇਕਿਨ ਬਾਅਦ ਦੇ ਵਿੱਚ ਕਈ ਥਿਉਰੀਜ਼ ਜਿਹੜੀਆਂ ਹਨ ਉਹ ਪੈਦਾ ਹੋਈਆਂ ਜਿਨ੍ਹਾਂ ਵਿੱਚ तकरीबन 20-30 ਸਾਲਾਂ ਬਾਅਦ ਇੱਕ ਕਿਤਾਬ ਲਿਖੀ ਗਈ 2013 ਦੇ ਆਸ-ਪਾਸ ਕਿਰਪਾਲ ਸਿੰਘ ਢਿੱਲੋਂ ਜੋ ਕਿ ਪੰਜਾਬ ਦੇ ਉਸ ਵਕਤ ਡੀਜੀਪੀ ਰਹੇ ਤਤਕਾਲੀ ਡੀਜੀਪੀ ਉਸ ਵਕਤ ਸਨ ਉਹ ਜਦੋਂ ਸੰਤਾਜਨ ਸਿੰਘ ਲੋਂਗੋਵਾਲ ਨੂੰ ਮਾਰਿਆ ਜਾਂਦਾ ਉਹਨਾਂ ਦੀ ਕਿਤਾਬ 2013-14 ਦੇ ਵਿੱਚ ਆਂਦੀ ਹੈ ਜਿਸ ਵਿੱਚ ਕਿ ਆਪਣੇ ਮੈਮੋਰੀਜ਼ ਦੇ ਵਿੱਚ ਯਾਨੀ ਆਪਣੀ ਕਿਤਾਬ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਇਸ ਪੂਰੀ ਜਿਹੜੀ ਹੱਤਿਆ ਕਾਂਡ ਦੇ ਪਿੱਛੇ ਇੱਕ ਬਹੁਤ ਵੱਡਾ ਸਿਕਿਉਰਿਟੀ ਲੈਪਸ ਸੀ ਤੇ ਇਹ ਤਾਂ ਫੈਕਟ ਵੀ ਹੈ ਸਿਕਿਉਰਿਟੀ ਲੈਪਸ ਬਹੁਤ ਵੱਡਾ ਸੀ ਤਕਰੀਬਨ 200 ਪੁਲਿਸ ਦਾ ਜਿਹੜਾ ਜਿਹੜੇ ਮੁਲਾਜ਼ਮ ਸਨ ਇਨਕਲੂਡਿੰਗ ਕਮਾਂਡੋਜ਼ ਉਸ ਅਹਿਮ ਉਸ ਬਹੁਤ ਹੀ ਸਖਤ ਸੁਰੱਖਿਆ ਘੇਰੇ ਦੇ ਵਿੱਚ ਮੌਜੂਦ ਸਨ ਜਿਸ ਤੋਂ ਜਿਸ ਤੋਂ ਜਿਸ ਨੂੰ ਕੀ ਪੇਦ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਹਮਲਾਵਰਾਂ ਨੇ ਇੱਕ ਤੋਂ ਬਾਅਦ ਇੱਕ ਫਾਇਰ ਕੀਤਾ ਪਹਿਲੇ ਫਾਰ ਦੇ ਵਿੱਚ ਹਰਚੰਦ ਸਿੰਘ ਲੋਂਗੋਵਾਲ ਬਚ ਗਏ ਲੇਕਿਨ ਉਸ ਤੋਂ ਕੁਝ ਹੀ ਮਿੰਟ ਯਾਨੀ ਕਿ ਤਕਰੀਬਨ 1 ਸਵਾ 1 ਮਿੰਟ ਦਾ ਵੀ ਗੈਪ ਨਹੀਂ ਸੀ ਜਿਸ ਦੌਰਾਨ ਕੀ ਦੂਸਰੇ ਜਿਹੜਾ ਹਮਲਾਵਰ ਸੀ ਉਸਨੇ ਗੋਲੀ ਚਲਾਤੀ ਸੋ ਕੀ ਕਾਰਨ ਸੀ ਵੀ ਸਿਕਿਉਰਿਟੀ ਏਜੰਸੀ ਉਹਨਾਂ ਨੂੰ ਉੱਥੇ ਆ ਕੇ ਕੇਰ ਨਹੀਂ ਪਾਈ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਬਚਾ ਆਖਰੀ ਸਮੇਂ ਤੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦਾ ਕਰ ਰਹੇ ਸਨ ਉਹ ਅਕਾਲੀ ਦਲ ਦੇ ਹੀ ਸਪੋਰਟਰ ਸਮਰਥਕ ਤੇ ਸਥਾਨਕ ਲੋਕਾਂ ਨੇ ਉਹਨਾਂ ਦਾ ਬਚਾ ਕੇ ਤਾ ਗੋਲੀਆਂ ਵੀ ਖਾਧੀਆਂ ਸੋ ਉਹਨਾਂ ਦਾ ਸੁਰੱਖਿਆ ਕੇਰਾ ਇੰਨਾ ਢਿੱਲਾ ਕਿਉਂ ਰਹਾ ਜਦਕਿ 30 ਜੁਲਾਈ 19 ਦਰبار صاحب ਦੇ ਕੰਪਲੈਕਸ ਜਾਂ ਉਹਦੇ ਆਸ-ਪਾਸ ਵੀ ਉਹਨਾਂ 'ਤੇ ਇੱਕ ਹਮਲੇ ਦੀ ਕੋਸ਼ਿਸ਼ ناکਾਮਯਾਬ ਹੋਈ ਸੀ ਸੋ ਇਹ ਸਾਰੇ ਬਹੁਤ ਵੱਡੇ ਸਵਾਲ ਖੜੇ ਹੋਏ ਤੇ ਕਿਰਪਾਲ ਸਿੰਘ ਢਿੱਲੋਂ ਜਿਹੜੀ ਕਿਤਾਬ ਲਿਖਦੇ ਨੇ ਉਹ ਉਸ ਵਿੱਚ ਉਹਨਾਂ ਨੇ ਤਾਂ ਇਸ ਪੂਰੇ ਹਤਿਆਕਾਂਡ ਪਿੱਛੇ ਕਾਂਗਰਸ ਦੀ ਸਾਜ਼ਿਸ਼ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਇਸ ਥਿਉਰੀ ਮੁਤਾਬਕ ਉਹਨਾਂ ਦਾ ਡਰ ਇਹ ਸੀ ਗਿਆਨੀ ਜੈਲ ਸਿੰਘ ਦਾ ਜਾਂ ਬੂਟਾ ਸਿੰਘ ਦਾ ਕਿਸਾਨ ਹਰਚੰਦ ਸਿੰਘ ਲੋਂਗੋਵਾਲ ਦਾ ਵੱਧਦਾ ਹੋਇਆ ਕਦ ਜਿਹੜਾ ਹੈ ਉਹ ਉਹਨਾਂ ਲਈ ਕਾਤਕ ਸਾਬਤ ਨਾ ਹੋਏ ਇਸ ਨਾਲ ਹੀ ਜਦ ਅ ਯੂਨਾਈਟਿਡ ਅਕਾਲੀ ਦਲ ਦੇ ਲੀਡਰਾਂ ਨੂੰ ਧਰ ਪਕੜ ਉਹਨਾਂ ਦੀ ਵੀ ਕੀਤੀ ਗਈ ਪੁੱਛਗਿੱਛ ਉਹਨਾਂ ਦੀ ਵੀ ਕੀਤੀ ਗਈ ਕੁਝ ਜ਼ਿਆਦਾ ਤਾਂ ਨਹੀਂ ਨਿਕਲ ਪਾਇਆ ਲੇਕਿਨ ਇਹ ਦਾ ਫੈਕਟ ਸੀ ਵੀ ਅਕਾਲੀ ਦਲ ਦੇ ਵਿੱਚ ਹੀ ਇੱਕ ਐਸੀ ਲੀਡਰਸ਼ਿਪ ਸੀ ਜੋ ਕਿ ਬਹੁਤ ਹੀ ਆਪਣੇ ਆਪ ਨੂੰ ਮਾਰਜਨਲਾਈਜ਼ਡ ਇਸ ਵਕਤ ਮਹਿਸੂਸ ਕਰ ਰਹੀ ਸੀ ਉਹਨਾਂ ਨੂੰ ਇਸ ਸਮਝ ਵਿੱਚ ਆ ਰਿਹਾ ਸੀ ਵੀ ਹੁਣ ਸੰਤ ਲੰਗੋਵਾਲ ਇੱਕ ਬਹੁਤ ਹੀ ਨੈਸ਼ਨਲ ਸਟੈਚਰ ਤੇ ਪਹੁੰਚ ਚੁੱਕੇ ਨੇ ਉਹਨਾਂ ਦਾ ਕਦ ਜਿਹੜਾ ਹੈ ਕੌਮੀ ਪੱਧਰ ਤੇ ਬਹੁਤ ਵੱਡਾ ਇਸ ਸਮਝੌਤੇ ਤੋਂ ਬਾਅਦ ਹੋ ਚੁੱਕਾ ਹੈ ਸੋ ਉਸ ਤਰੀਕੇ ਦੀ ਗੱਲਬਾਤ ਜਾਂ ਜਿਹੜੀ ਰੰਜਿਸ਼ ਹੈ ਕਿਤੇ ਕੋਈ ਉਹ ਕਾਰਨ ਨਾ ਹੋਵੇ ਸੋ ਇੱਕ ਦੂਸਰੀ ਥਿਉਰੀ ਸੀ ਲੇਕਿਨ ਇਹ ਸਾਰੀਆਂ ਥਿਉਰੀਆਂ ਹੀ ਰਹਿ ਗਈਆਂ ਕਾਂਸਪੀਰੇਸੀਜ਼ ਦੀ ਥਿਉਰੀਆਂ ਹੀ ਰਹਿ ਗਈਆਂ ਜੋ ਫੈਕਟ ਸੀ ਹੋਏ ਸੀ ਵੀ ਬਹੁਤ ਵੱਡਾ ਇੱਕ ਸਿਕਿਉਰਿਟੀ ਲੈਬ ਸੀ ਬਾਅਦ ਦੇ ਵਿੱਚ ਇਸ ਦੇ ਵਿੱਚ ਕੋਖ ਪੜਤਾਲ ਹੁੰਦੀ ਰਹੀ ਲੇਕਿਨ ਕੋਈ ਵੀ ਸਿੱਟਾ ਜਾਂ ਕੋਈ ਵੀ ਜਿਹੜੀ ਕੰਕਰੀਟ ਗੱਲਬਾਤ ਹੈ ਉਹ ਨਿਕਲ ਨਹੀਂ ਪਾਈ ਇਸ ਕੇਸ ਦੇ ਵਿੱਚ ਜਿਹੜੀ ਪੜਤਾਲ ਹੋਈ ਕਿਉਂਕਿ ਇਸ ਕੇਸ ਨੂੰ ਵੀ ਸੀਬੀਏ ਨੂੰ ਹੈਂਡਓਵਰ ਕੀਤਾ ਗਿਆ ਸੀ ਉਸ ਪੜਤਾਲ ਦੇ ਵਿੱਚ ਜਿਹੜਾ ਫੈਕਟ ਸਾਹਮਣੇ ਨਿਕਲ ਕੇ ਆਇਆ ਸੀ ਉਹ ਇਹੀ ਸੀ ਵੀ ਇਸ ਪੂਰੇ ਹਤਿਆਕਾਂਡ ਦੇ ਵਿੱਚ ਗਿਆਨ ਸਿੰਘ ਲੀਲ ਸੀ ਸ਼ਾਮਲ ਹਲਵਿੰਦਰ ਜੋ ਕਿ ਮਹਾਰਾਜ ਆਚੂਕਿਆਸੀ ਜਰਨੈਲ ਜੋ ਪਗੋੜਾ ਸੀ ਇਸ ਤੋਂ ਇਲਾਵਾ ਸਥਾਨਕ ਪਿੰਡ ਦੇ ਹੀ ਕੁਝ ਨਿਵਾਸੀ ਜਿਹੜੇ ਸਨ ਲੀਲ ਪਿੰਡ ਦੇ ਜਾਂ ਆਸ-ਪਾਸ ਦੇ ਪਿੰਡਾਂ ਦੇ ਉਹਨਾਂ ਵਿੱਚੋਂ ਨਿਰਭਲ ਸਿੰਘ ਇੱਕ ਅਰਵਿੰਦਰ ਸਿੰਘ ਤੇ ਦਰਸ਼ਨ ਸਿੰਘ ਨਾ ਦੇ ਇਹ ਤਿੰਨ ਹੋਰ ਸ਼ਖਸੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੁਲ ਮਿਲਾ ਕੇ ਜਿਹੜਾ ਪੂਰਾ ਦਾ ਪੂਰਾ ਟਰਾਇਲ ਚੱਲਿਆ ਇਸ ਕੇਸ ਦਾ ਮੁਕੱਦਮਾ ਚੱਲਿਆ ਉਹ ਸਿਰਫ ਗਿਆਨ ਸਿੰਘ ਲੀਲ ਦੇ ਉੱਤੇ ਹੀ ਚੱਲਿਆ ਕਿਉਂਕਿ ਅਦਾਲਤ ਨੇ ਜਿਹੜੇ ਹੋਰ ਸ਼ਖਸ ਸਨ ਨਿਰਮਲ ਅਰਵਿੰਦਰ ਤੇ ਜਿਹੜਾ ਦਰਸ਼ਨ ਸਿੰਘ ਸੀ ਉਹਨਾਂ ਨੂੰ ਸਬੂਤ ਘੱਟ ਹੋਣ ਦੇ ਚਲਦਿਆਂ ਅਦਾਲਤ ਨੇ ਉਹਨਾਂ ਨੂੰ ਕੇਸ ਦੇ ਵਿੱਚ ਬਰੀ ਕਰਤਾ ਅ ਸੀਬੀਏ ਟੈਨ ਨਹੀਂ ਕਰ ਪਾਈ ਉਸ ਕਾਂਸਪੀਰੇਸੀ ਨੂੰ ਪ੍ਰੂਫ ਨਹੀਂ ਕਰ ਪਾਈ ਹਲਵਿੰਦਰ ਸਿੰਘ ਮਰ ਚੁੱਕਾ ਸੀ ਜਰਨੈਲ ਸਿੰਘ ਹੱਥ ਨਹੀਂ ਆਇਆ ਅ ਤੋਂ ਇਸ ਹਾਲਾਤ ਦੇ ਵਿੱਚ ਇਕੱਲਾ ਜਿਹੜਾ ਗਿਆਨ ਸਿੰਘ ਲੀਲ ਸੀ ਉਹੀ ਬਚਿਆ ਗਿਆਨ ਸਿੰਘ ਲੀਲ ਤੇ ਉੱਤੇ ਹੀ ਮੁਕੱਦਮਾ ਚੱਲਿਆ ਤੇ ਬਾਅਦ ਦੇ ਵਿੱਚ ਉਸ ਨੂੰ ਹੀ ਸਜ਼ਾਏ ਮੌਤ ਹੋਈ ਬਾਅਦ ਦੇ ਵਿੱਚ ਇਸ ਸਜ਼ਾ ਨੂੰ ਘਟਾ ਕੇ ਹਾਈ ਕੋਰਟ ਜਿਹੜਾ ਸੀ ਉਸ ਨੇ ਜਿਹੜੀ ਅਪੀਲ ਗਿਆਨ ਸਿੰਘ ਵੱਲੋਂ ਫਾਈਲ ਕੀਤੀ ਗਈ ਉਸ ਦੇ ਵਿੱਚ ਇਸ ਸਜ਼ਾ ਨੂੰ ਘਟਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਛਡਤਾ ਗਿਆ ਕਿਉਂਕਿ ਉਹਨਾਂ ਦੇ ਕਾਫੀ ਸਾਲ ਕਈ ਸਾਲ ਜ਼ਿੰਦਗੀ ਦੇ ਜੇਲ੍ਹ ਵਿੱਚ ਨਿਕਲ ਚੁੱਕੇ ਸਨ ਬਾਅਦ ਵਿੱਚ ਉਹਨਾਂ ਨੂੰ ਰਿਲੀਫ ਮਿଲା ਤੇ ਉਹ ਇਸ ਵਕਤ ਆਪਣੇ ਕਾਰੋਬਾਰ ਵਿੱਚ ਵਾਪਸ ਹੈਗੇ ਨੇ ਉਹ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਸੰਤ ਲੰਗੋਵਾਲ ਦੀ ਹਤਿਆ ਦੇ ਪਿੱਛੇ ਕੀ ਕੋਈ ਵੱਡੀ ਸਾਜ਼ਿਸ਼ ਸੀ ਇਹ ਚੀਜ਼ ਅੱਜ ਤੱਕ ਪ੍ਰੂਵ ਨਹੀਂ ਹੋ ਪਾਈ ਹੈ ਜੇ ਚੀਜ਼ ਪ੍ਰੂਵ ਹੋ ਪਾਈ ਹੈ ਉਹ ਇਹੀ ਹੈ ਵੀ ਇੱਕ ਰਿਐਕਸ਼ਨ ਦੇ ਰੂਪ ਵਿੱਚ ਇੱਕ ਗੁੱਸੇ ਤੇ ਰੋ ਦੇ ਵਜੋਂ ਹੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਮਾਰ ਮੁਕਾਇਆ ਗਿਆ ਲekin ਉਹਨਾਂ ਸਮਿਆਂ ਦੇ ਜੇ ਆਪਾਂ ਸਿਆਸੀ ਹਾਲਾਤ ਨੂੰ ਥੋੜਾ ਜਿਹਾ ਸਟੱਡੀ ਸਮਝਣ ਕਰਨ ਦੀ ਕੋਸ਼ਿਸ਼ ਕਰੀਏ ਤੇ ਜਿਵੇਂ ਕਿਰਪਾਲ ਸਿੰਘ ਢਿੱਲੋਂ ਹਾਲਾਂਕਿ ਇਹ ਜਿਹੜੀ ਕਿਤਾਬ ਤਤਕਾਲੀ ਡੀਜੀਪੀ ਕਿਰਪਾਲ ਸਿੰਘ ਢਿੱਲੋਂ ਨੇ ਲਿਖੀ ਇਸ ਦੇ ਵਿੱਚ ਜਿੰਨੇ ਵੀ ਅਲੀਗੇਸ਼ਨਸ ਉਹਨਾਂ ਨੇ ਲਾਏ ਇਹ ਬਹੁਤ ਹੀ ਫਾਰ ਫੈਚ ਲੱਗਦੇ ਨੇ ਲੇਕਿਨ ਉਹਨਾਂ ਦਾ ਸੰਦਰਭ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਉਹਨਾਂ ਦਾ ਇਹ ਕਹਿਣਾ ਸੀ ਵੀ ਅਰਜੁਨ ਸਿੰਘ ਜਿਹੜੇ ਗਵਰਨਰ ਲਾਏ ਗਏ ਸਨ ਉਹਨਾਂ ਦੀ ਜਿਹੜੀ ਨੇੜਤਾ ਸੀ ਉਹ ਸੁਰਜੀਤ ਸਿੰਘ ਬਰਨਾਲਾ ਦੇ ਨਾਲ ਸੀ ਸੁਰਜੀਤ ਸਿੰਘ ਬਨਾਲਾ ਇਸ ਸੰਤ ਲੋਂਗੋਵਾਲ ਦੀ ਹਤਿਆ ਤੋਂ 1 ਮਹੀਨਾ 1 ਮਹੀਨਾ ਤੇ 9 ਦਿਨ ਬਾਅਦ 29 ਸਤੰਬਰ 1985 ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਸੁਰਜੀਤ ਸਿੰਘ ਬਨਾਲਾ ਦੀ ਸਰਕਾਰ ਬਣ ਜਾਂਦੀ ਹੈ ਗਵਰਨਰ ਰਾਜ ਤੋਂ ਬਾਅਦ ਸੁਰਜੀਤ ਸਿੰਘ ਬਨਾਲਾ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੁੰਦੇ ਨੇ ਤੇ ਇਸ ਦੌਰ ਦੇ ਵਿੱਚ ਯਾਨੀ ਕਿ ਸਿਰਫ 2 ਮਹੀਨੇ ਦਾ ਸਮਾਂ ਸੀ ਆਪਾਂ ਲਗਾ ਕੇ ਚੱਲੀ ਵੀ ਰਜੀਵ ਲੋਂਗੋਵਾਲ ਐਕੋਰਡ ਹੈ ਜੁਲਾਈ ਦੇ ਆਖਰੀ ਮਹੀਨੇ 'ਚ ਸਾਈਨ ਹੁੰਦਾ ਹੈ ਅਗਸਤ 20 ਨੂੰ ਸੰਤ ਲੰਗੋਵਾਲ ਦੀ ਹੱਤਿਆ ਹੁੰਦੀ ਹੈ ਤੇ 29 ਸਤੰਬਰ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਕੇ ਬਰਨਾਲਾ ਸਰਕਾਰ ਜਿਹੜੀ ਹੈ ਉਹ ਹੋਂਦ ਵਿੱਚ ਆਂਦੀ ਹੈ ਸੋ ਮਹਿਸ 2 ਮਹੀਨੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਯੂ ਨੋ ਬਹੁਤ ਯੂ ਨੋ ਹਿਸਟਰੀ ਚੇਂਜਿੰਗ ਜਿਹੜੇ ਇਵੈਂਟਸ ਹੋ ਗਏ ਪੋਸਟ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਤੋਂ ਬਾਅਦ ਇਹ ਉਹ ਇਵੈਂਟਸ ਹਨ ਜਿਨ੍ਹਾਂ ਦੇ ਜ਼ਰੀਏ ਕੋਸ਼ਿਸ਼ ਕੀਤੀ ਗਈ ਵੀ ਪੰਜਾਬ ਦੇ ਵਿੱਚ ਨਾਰਮੈਲਿਟੀ ਯਾਕੀ ਆਮ ਜਿਹੜੇ ਹਾਲਾਤ ਹੈ ਬਿਹਤਰ ਹੋ ਸਕਣ ਸੋ ਉਹਨਾਂ ਕੋਸ਼ਿਸ਼ਾਂ ਦੇ ਤਹਿਤ ਹੀ ਸੰਤ ਲੰਗੋਵਾਲ ਦਾ ਇੱਕ ਬਹੁਤ ਹੀ ਮੋਨੂਮੈਂਟਲ ਇਕਰਾਰ ਸੀ ਜਿਸ ਨੂੰ ਕਿ ਜ਼ਿਆਦਾਤਰ ਖਾੜਕੂ ਜਾਂ ਜਿਹੜੇ ਗਰਮ ਖਿਆਲੀ ਜਿਹੜੇ 13 ਸਨ ਉਹਨਾਂ ਨੇ ਨਹੀਂ ਮੰਨਿਆ ਰਿਐਕਸ਼ਨ ਐਸਾ ਜ਼ਿਆਦਾ ਹੋਇਆ ਕਿ ਸੰਤ ਲੰਗੋਵਾਲ ਨੂੰ ਹੀ ਆਪਣੀ ਸ਼ਹਾਦਤ ਇੱਕ ਤਰੀਕੇ ਦੀ ਉਹਨਾਂ ਨੂੰ ਦੇਣੀ ਪਈ ਬੇਸ਼ੱਕ ਦੁਨੀਆ ਉਹਨਾਂ ਨੂੰ ਗद्दार ਕਹੇ ਜਾਂ ਜੋ ਮਰਜ਼ੀ ਕਹੇ ਲੇਕਿਨ ਪੰਜਾਬ ਦੇ ਵਿੱਚ ਸ਼ਾਂਤੀ ਲਿਆਂ ਜਾਂ ਬਹਾਲ ਕਰਨ ਦੇ ਪੱਖੋਂ ਉਹਨਾਂ ਨੇ ਇੱਕ ਬਹੁਤ ਹੀ ਸਿਨਸੀਅਰ ਜਿਹੜੀ ਸੀ ਕੋਸ਼ਿਸ਼ ਕੀਤੀ ਸੀ ਬਾਅਦ ਦੇ ਵਿੱਚ ਉਹਨਾਂ ਦੀ ਇਹ ਕੋਸ਼ਿਸ਼ ਜਾਂ ਫਿਰ ਕੇਂਦਰ ਸਰਕਾਰ ਦੀ ਜਿਹੜੀ ਬਦਨੀਅਤੀ ਸੀ ਜਿਸ ਤੇ ਪ੍ਰਤੀ ਸੰਤ ਲੰਗੋਵਾਲ ਨੂੰ ਵੀ ਬਹੁਤ ਸੇ ਲੀਡਰਾਂ ਨੇ ਅਗਾਹ ਕਰਾ ਕੀਤਾ ਅਕਾਲੀ ਦਲ ਦੀ ਲੀਡਰਸ਼ਿਪ ਇਹ ਕਹਿੰਦੀ ਰਹੀ ਵੀ ਕਾਂਗਰਸ ਤੇ ਵਿਸ਼ਵਾਸ ਨਾ ਹੋਵੇ ਕਾਂਗਰ ਜੀਵ ਗਾਂਧੀ ਤੇ ਵਿਸ਼ਵਾਸ ਨਾ ਕਰੋ ਬਾਅਦ ਦੇ ਵਿੱਚ 26 ਜਨਵਰੀ 1986 ਜਿਸ ਦਿਨ ਚੰਡੀਗੜ੍ਹ ਨੂੰ ਪੰਜਾਬ ਨੂੰ ਟਰਾਂਸਫਰ ਕਰਨ ਦੀ ਡੈਡਲਾਈਨ ਸੀ ਜਦੋਂ ਉਹ ਚੀਜ਼ ਨਹੀਂ ਹੋ ਪਾਈ ਇਹ ਦੱਸਿਆ ਜਾਂਦਾ ਵੀ ਉਸ ਦਿਨ ਤਾਂ ਸ਼ਾਇਦ ਕਾਰਡ ਵੀ ਛਪ ਚੁੱਕੇ ਸੀ ਵੀ ਚੰਡੀਗੜ੍ਹ ਇੱਕ ਸਮਾਗਮ ਕੀਤਾ ਜਾਣਾ ਸੀ ਕਾਰਡ ਤੱਕ ਛਪ ਗਏ ਸੀ ਲੇਕਿਨ ਆਖਰੀ ਮੌਕੇ ਚੰਡੀਗੜ੍ਹ ਨੂੰ ਟਰਾਂਸਫਰ ਕੀਤੇ ਜਾਂਦਾ ਪੰਜਾਬ ਨੂੰ ਦੇਣ ਦਾ ਜਿਹੜਾ ਉਹ ਪੂਰਾ ਦਾ ਪੂਰਾ ਇੱਕ ਵਾਦਾ ਸੀ ਇੱਕ ਬਹੁਤ ਅਹਿਮ ਸ਼ਰਤ ਸੀ ਇਸ ਰਜੀਵ ਲੋਂਗੋਵਾਲ ਐਕੋਰਡ ਦੀ ਉਸ ਉੱਤੇ ਕੇਂਦਰ ਸਰਕਾਰ ਮੁੱਕਰ ਗਈ ਲੇਕਿਨ ਇਸ ਵਕਤ ਤੱਕ ਸੰਤ ਲੋਂਗੋਵਾਲ ਜੋ ਕਿ ਉਸ ਕਰਾਰ ਨੂੰ ਸਾਈਨ ਕਰਨ ਵਾਲੇ ਇੱਕ ਸਿਗਨੇਟਰੀ ਸਨ ਉਹਨਾਂ ਦੀ ਮੌਤ ਹੋਏ ਨੂੰ ਵੀ ਕਈ ਮਹੀਨੇ ਹੋ ਚੁੱਕੇ ਸਨ ਬਾਅਦ ਦੇ ਕਈ ਇਵੈਂਟਸ ਦਾ ਮੈਂ ਜ਼ਿਕਰ ਅਲੱਗ ਰਿਪੋਰਟਸ ਦੇ ਵਿੱਚ ਕੀਤਾ ਹੈ ਲੇਦੇ ਕੀ ਮੋਟੀ ਮੋਟੀ ਗੱਲ ਜਿਸ ਤਰੀਕੇ ਦੀ ਕੌਨਸਪੀਰੇਸੀ ਥਿਉਰੀ ਨੂੰ ਕਿਰਪਾਲ ਸਿੰਘ ਢਿੱਲੋਂ ਸਾਹਿਬ ਦਾ ਤਤਕਾਲੀ ਡੀਜੀਪੀ ਨੇ ਰੇਕਪ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿੱਚ ਤਾਂ ਉਹਨਾਂ ਨੇ ਇਸ ਨੂੰ ਅਰਜੁਨ ਸਿੰਘ ਦੀ ਕੌਨਸਪੀਰੇਸੀ ਦੱਸਿਆ ਸੁਰਜੀਤ ਸਿੰਘ ਬਰਨਾਲਾ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਜਾਂ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਉਭਾਰ ਹੋਵੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੋੜਾ ਥੋੜੇ ਜਿਹਾ ਡਾਊਨ ਹੋਣ ਇਸ ਪੂਰੀ ਕੈਲਕੂਲੇਸ਼ਨ ਦੇ ਨਾਲ ਅਰਜੁਨ ਸਿੰਘ ਨੂੰ ਪੰਜਾਬ ਦੇ ਵਿੱਚ ਉਤਾਰਿਆ ਵੀ ਗਿਆ ਤੇ ਫਿਰ ਉਹਨਾਂ ਨੂੰ ਵਰਤਿਆ ਵੀ ਗਿਆ ਅਜੀਬ ਗਾਂਧੀ ਵੱਲੋਂ ਤੇ ਉਹ ਐਡਾ ਇੱਕ ਮਾਸਟਰਮਾਈਂਡ ਸੀ ਕਿ ਉਹਨਾਂ ਨੇ ਇਸ ਇੱਕ ਪਾਸੇ ਕਾਂਗਰਸ ਦੇ ਵਿੱਚ ਸਭ ਕੁਝ ਸਨ ਯਾਨੀ ਕਿ ਕਾਂਗਰਸ ਦੇ ਪੂਰੀ ਟਿਕਟਾਂ ਦੀ ਵੰਡਿਆ ਚੋਣਾਂ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਸ ਨੂੰ ਅਰਜੁਨ ਸਿੰਘ ਹੈਂਡਲ ਕਰ ਰਹੇ ਸਨ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਅਫੇਅਰਸ ਨੂੰ ਵੀ ਮੈਨੀਪੂਲੇਟ ਇਸ ਵਾਸਤੇ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਸੁਰਜੀਤ ਸਿੰਘ ਬਨਾਲਾ ਥੋੜਾ ਦਾ ਇੱਕ ਕੰਫਰਟੇਬਲ ਅਕਾਲੀ ਆਗੂ ਲੱਗਦਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਸੋ ਇੱਕ ਥਿਉਰੀ ਸੀ ਜੋ ਕਿ ਕਿਰਪਾਲ ਸਿੰਘ ਟਿੱਲੋ ਨੇ ਆਪਣੀ ਕਿਤਾਬ ਦੇ ਵਿੱਚ ਜੜੋ ਉਹਨਾਂ ਨੇ ਲਿਖੀ ਹੈ ਉਸ ਦੇ ਵਿੱਚ ਨਿਆਂ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਦੇ ਵਿੱਚ ਵੀ ਕਈ ਕਮੀਆਂ ਖਾਮੀਆਂ ਨੇ ਇਹ ਥਿਉਰੀ ਨੂੰ ਐਨੇ ਸੌਖੇ ਤਰੀਕੇ ਨਾਲ ਬਾਏ ਨਹੀਂ ਕੀਤਾ ਜਾ ਸਕਦਾ ਲੇਕਿਨ ਇਹ ਫੈਕਟ ਹੈ ਵੀ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਮੌਤ ਹੈ ਉਹਨਾਂ ਦੀ ਜਿਹੜੀ ਸ਼ਹਾਦਤ ਜਿਸ ਨੂੰ ਕਿਹਾ ਜਾ ਸਕਦਾ ਹੈ ਉਹ ਇੱਕ ਬਹੁਤ ਹੀ ਮਤਵਪੂਰਨ ਟਰਨਿੰਗ ਪੁਆਇੰਟ ਸੀ ਕਿਉਂਕਿ ਇਸ ਤੋਂ ਬਾਅਦ ਪੰਜਾਬ ਨੂੰ ਮੌਕਾ ਹੀ ਨਹੀਂ ਮਿਲ ਪਾਇਆ ਆਣਾਲੇ ਕਈ ਸਾਲ ਪੂਰੇ 10 ਸਾਲ ਪੰਜਾਬ ਦੇ 1985 ਅਗਸਤ ਦੇ ਵਿੱਚ ਸੰਤ ਲੋਂਗੋਵਾਲ 20 ਅਗਸਤ 1985 ਨੂੰ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਹੈ ਤੇ ਇਸ ਤੋਂ ਠੀਕ 10 ਸਾਲ ਬਾਅਦ 31 ਅਗਸਤ 1995 ਨੂੰ ਬੈਂਤ ਸਿੰਘ ਦੀ ਬੰਬ ਧਮਾਕੇ ਵਿੱਚ ਜਿਸ ਉੱਤੇ ਮੈਂ ਕਈ ਰਿਪੋਰਟਸ ਬਣਾਈਆਂ ਨੇ ਹੱਤਿਆ ਕੀਤੀ ਜਾਂਦੀ ਹੈ ਸੋ 10 ਸਾਲਾਂ ਦੇ ਵਿੱਚ ਦੋ ਬਹੁਤ ਹੀ ਵੱਡੇ ਲੀਡਰਾਂ ਨੇ ਤਾਂ ਮਰਨਾ ਹੀ ਸੀ ਲੇਕਿਨ ਇਸ ਦੌਰਾਨ 1985 ਤੋਂ ਲੈ ਕੇ 95 ਦੇ ਵਿੱਚ ਕੀ ਕੁਝ ਨਹੀਂ ਹੋਇਆ ਪੰਜਾਬ ਦੇ ਵਿੱਚ ਸੋ ਇਹ ਜਿਹੜਾ ਅਗਲੇ 10 ਸਾਲ ਦਾ ਇੱਕ ਬਹੁਤ ਹੀ ਵਾਇਲੈਂਟ ਸਰਕਲ ਚੱਲਿਆ ਸਾਈਕਲ ਚੱਲਿਆ ਪੰਜਾਬ ਦੇ ਵਿੱਚ ਇਸ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਸੀਗਾ ਇਸ ਨੂੰ ਅਵੋਇਡ ਕਰਨ ਦੇ ਮਨੋਰਥ ਦੇ ਨਾਲ ਹੀ ਇੱਕਕਰਾਰ ਵੀ ਸਾਈਨ ਕੀਤਾ ਗਿਆ ਸੀ ਤੇ ਜੇ ਇਸਕਰਾਰ ਦੀਆਂ ਸ਼ਰਤਾਂ ਉਤੇ ਕੇਂਦਰ ਸਰਕਾਰ ਉਸ ਉਸ ਉੱਤੇ ਖੜੀ ਰਹਿੰਦੀ ਜਾਂ ਫਿਰ ਉਹ ਜਿਹੜੀਆਂ ਗੱਲਾਂ ਮੰਨ ਮੰਨ ਲੈਂਦੀ ਹੈ ਚੰਡੀਗੜ੍ਹ ਨੂੰ ਹੀ ਪੰਜਾਬ ਨੂੰ ਦੇ ਦਿੰਦੀ ਕਾਫੀ ਹੱਦ ਤੱਕ ਜਿਹੜੇ ਜਿਹੜਾ ਇੱਕ ਵਿਸ਼ਵਾਸ ਸੀ ਉਹ ਰিস্টੋਰ ਹੋਣਾ ਸੀ ਕਿਉਂਕਿ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦੀ ਮੌਤ ਜਾਂ ਇੰਦਰਾ ਗਾਂਧੀ ਤੇ ਸਮਿਆਂ ਤੋਂ ਜਿਹੜਾ ਇੱਕ ਅਵਿਸ਼ਵਾਸ ਜਾਂ ਬੇਵਿਸ਼ਵਾਸੀ ਦਾ ਮਾਹੌਲ ਸੀ ਕੇਂਦਰ ਦੀ ਕਾਂਗਰਸ ਜਾਂ ਹਕਮਰਾਨ ਜਿਹੜੀ ਪਾਰਟੀ ਕਾਂਗਰਸ ਸੀ ਉਸ ਦੀ ਸਰਕਾਰਾਂ ਸੀ ਤੇ ਪੰਜਾਬ ਦੀਆਂ ਜਿਹੜੀਆਂ ਹੁਕਮਰਾਨ ਪਾਰਟੀਆਂ ਖਾਸ ਕਰਕੇ ਕਾਲੀ ਦਲ ਉਹ ਬੇਵਿਸ਼ਵਾਸੀ ਨੂੰ ਦੂਰ ਕਰਨ ਦਾ ਇੱਕ ਬਹੁਤ ਹੀ ਸੁਨਹਿਰਾ ਮੌਕਾ ਸੀ ਆ ਰਜੀਵ ਲੰਗੋਵਾਲ ਐਕੋਰਡ ਜੋ ਕਿ ਜਿਸ ਉਤੇ ਕੀ ਫੁੱਲ ਨਹੀਂ ਚੜਾਏ ਕੇਂਦਰ ਸਰਕਾਰ ਹੀ ਬੈਕਆਊਟ ਕਰ ਗਈ ਤੇ ਬਾਅਦ ਦੇ ਵਿੱਚ ਅਗਲੇ 10 ਸਾਲ ਵੀ ਜੋ ਕੁਝ ਹੋਇਆ ਥੈਟ ਇਜ਼ ਹਿਸਟਰੀ ਰੈਸਟ ਇਜ਼ ਹਿਸਟਰੀ ਸੋ ਸੰਤ ਲੰਗੋਵਾਲ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਮਾਰਿਆ ਗਿਆ ਤੇ ਉਹਨਾਂ ਦੀ ਮੌਤ ਤੋਂ ਬਾਅਦ ਇਸ ਕਿਸਮ ਦੀਆਂ ਗੱਲਾਂ ਬਾਤਾਂ ਉਠੀਆਂ ਲੇਕਿਨ ਕੋਈ ਵੀ ਮੁਕੰਮਲ ਜਿਹੜੀ ਤਸਵੀਰ ਹੈ ਜੋ ਕਿ ਇਸ ਸਾਬਤ ਸਥਾਪਿਤ ਕਰ ਸਕੇ ਕਿ ਬਹੁਤ ਵੱਡੀ ਇੱਕ ਸਿਆਸੀ ਸਾਜ਼ਿਸ਼ ਸੀ ਤੇ ਇਹਨਾਂ ਛੋਟੇ ਗਿਆਨ ਸਿੰਘ ਹਲਵਿੰਦਰ ਸਿੰਘ ਜਾਂ ਫਿਰ ਜਨੈਲ ਸਿੰਘ ਵਰਗੇ ਉਹ ਹਮਲਾਵਰ ਜਿਨ੍ਹਾਂ ਨੇ ਕੀ ਗੋਲੀਆਂ ਚਲਾਈਆਂ ਜਾਂ ਪੂਰੀ ਪਲੈਨਿੰਗ ਕੀਤੀ ਇਹਨਾਂ ਦੇ ਪਿੱਛੇ ਕੋਈ ਵੱਡੇ ਸਿਆਸੀ ਮੈਨੀਪੂਲੇਟਰ ਨਹੀਂ ਸਨ ਇਸ ਚੀਜ਼ ਬਾਰੇ ਕੋਈ ਵੀ ਜਿਹੜੀ ਜਿਹੜੀ ਗੱਲਬਾਤ ਹੈ ਪੁਖਤਾ ਤੌਰ ਨਾਲ ਨਾ ਤਾਂ ਸਾਬਤ ਹੋ ਪਾਈ ਨਾ ਹੀ ਸਥਾਪਿਤ ਹੋ ਪਾਈ ਸੋ ਐਸੀ ਉਹ ਗੱਲਬਾਤ ਉਸ ਪਹਿਲੀ ਰਿਪੋਰਟ ਦੇ ਤਹਿਤ ਮੈਂ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਣਾ ਦੀ ਮੌਤ ਉਹਨਾਂ ਦੀ ਹੱਤਿਆ ਕਿਹੜੇ ਹਾਲਾਤਾਂ ਵਿੱਚ ਹੋਈ ਕੀ ਉਸ ਦੇ ਅੱਗੇ ਪਿੱਛੇ ਦੀ ਕਹਾਣੀ ਸੀ ਉਹਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਆਣ ਵਾਲੀ ਰਿਪੋਰਟ ਦੇ ਵਿੱਚ ਇੱਕ ਹੋਰ ਖਬਰ ਲੈ ਕੇ ਇੱਕ ਹੋਰ ਰਿਪੋਰਟ ਲੈ ਕੇ ਫਿਰ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ ਰਤੇਸ਼ ਲਖੀ ਅਨਪਲੱਗਡ ਦੀ ਇਸ ਰਿਪੋਰਟ ਨੂੰ ਵੇਖਣ ਲਈ ਇਸ ਚੈਨਲ ਨਾਲ ਜੁੜੇ ਰਹੋ ਇਸ ਦਾ ਸਾਥ ਦਿਓ ਥੈਂਕ ਯੂ ਸੋ ਮੱਚ